ਕਿਤੇ ਡਾਲਰਾਂ ਦੀ ਮਹਿਕ ਨਾ ਗੁਆਚੇ ਪੰਜਾਬੀ, ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ, ਜਿੱਥੇ ਭਰੇ ਕੋਈ ਹੁੰਗਾਰਾ ਉੱਥੇ ਬਾਤ ਖੋਲੀ ਦੀ, ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ, ਆਓ ਕਰੀਏ ਕੋਈ ਗੱਲ ਜੀ ਪੰਜਾਬੀ ਬੋਲੀ ਦੀ। ਜੀ ਪੰਜਾਬੀ ਬੋਲੀ ਦੀ ਗੱਲਬਾਤ ਕਰਨ ਵਾਸਤੇ ਪੰਜਾਬੀ ਦੇ ਵਿੱਚ ਅਤੇ ਪੰਜਾਬੀਆਂ ਦੇ ਨਾਲ ਮੈਂ ਜਗਤਾਰ ਸਿੰਘ ਜੱਗੀ ਰੋਜ਼ ਦੀ ਤਰ੍ਹਾਂ ਇੱਕ ਵਾਰ ਫਿਰ ਹਾਜ਼ਰ ਹਾਂ ਜੀ ਅੱਜ ਦਾ ਲਾਈਵ ਸ਼ੋਅ ਲੈ ਕੇ। ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਔਰ ਅੱਜ ਦਾ ਸ਼ੋਅ ਜਿਹੜਾ ਉਹ ਮੇਰੇ ਹਿਸਾਬ ਨਾਲ ਤਾਂ ਖਾਸ ਹੈ ਹੀ ਹੈ, ਤੁਹਾਡੇ ਹਿਸਾਬ ਨਾਲ ਵੀ ਬਹੁਤ ਖਾਸ ਹੋਏਗਾ, ਕਿਉਂਕਿ ਅਸੀਂ ਹਮੇਸ਼ਾ ਗੱਲ ਕਰੀ ਦੀ ਹੈ ਕਿ ਓਲਡ ਇਜ਼ ਗੋਲਡ ਐਂਡ ਗੋਲਡ ਨੈਵਰ ਓਲਡ, ਸਿਆਣਿਆਂ ਨੇ ਕਿਹਾ ਅੰਗਰੇਜ਼ੀ ਦੇ ਵਿੱਚ, ਪਰ ਕਿਹਾ ਚਲੋ ਵੱਖਰੀ ਗੱਲ ਹੈ। ਅਤੇ ਪੁਰਾਣੀ ਗੱਲ ਜਦੋਂ ਕਰੀ ਦੀ ਹੈ ਕੋਈ ਵੀ ਅਸੀਂ ਗੱਲ ਕਰਦੇ ਹਾਂ ਤਾਂ ਤੁਸੀਂ ਉਹਦੇ ਵਿੱਚ ਬਹੁਤ ਵੱਡਾ ਹੁੰਗਾਰਾ ਦਿੰਦੇ ਹੋ, ਬਹੁਤ ਹੀ ਵੱਧ ਚੜ ਕੇ ਹਿੱਸਾ ਲੈਂਦੇ ਹੋ, ਤੁਹਾਡੀਆਂ ਕਾਲਾਂ ਦੱਸਦੀਆਂ ਨੇ। ਅੱਜ ਦੇ ਪ੍ਰੋਗਰਾਮ ਦੀ ਮੈਂ ਗੱਲ ਕਰਾਂ ਤਾਂ ਅਸੀਂ ਅੱਜ ਹੁਣ ਟੈਲੀਵਿਜ਼ਨ ਚੈਨਲ ਹੋ ਗਏ, ਅੱਧਾ ਪੌਣਾ ਘੰਟਾ ਤਾਂ ਇਸ ਕੰਮ ਨੂੰ ਲੱਗ ਜਾਂਦਾ, ਦੇਖਣ ਨੂੰ ਵੀ ਸਾਰੇ ਸਹੀ ਚੱਲਦੇ ਨੇ। ਅਤੇ ਜਦ ਨੂੰ ਜਿਹੜਾ ਦੇਖਦੇ ਹੁੰਦੇ ਚੈਨਲ, ਕੋਈ ਸੀਰੀਅਲ ਦੇਖਦੇ, ਕੋਈ ਫਿਲਮ ਦੇਖਦੇ, ਪ੍ਰੋਗਰਾਮ ਦੇਖਦੇ ਆ, ਉਹਦਾ ਚੇਤਾ ਹੀ ਭੁੱਲ ਜਾਂਦਾ ਵਾਪਸ ਹੁਣ ਬਾਅਦ 'ਚ ਤਾਂ ਉਹ ਹੋ ਯਾਰ ਆਪਾਂ ਤਾਂ ਆਹ ਦੇਖ ਰਹੇ ਸੀ, ਬੜਾ ਵਧੀਆ ਪ੍ਰੋਗਰਾਮ ਸੀ। ਅੱਜ ਕੱਲ੍ਹ ਇਹ ਹਾਲਾਤ ਹੈ। ਅਤੇ ਅੱਜ ਤੋਂ ਅਗਰ ਕਾਫੀ ਦੇਰ ਪਹਿਲਾਂ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਮੈਂ ਰਹਿੰਦਾ ਸੀ, ਚੰਡੀਗੜ੍ਹ ਦੇ ਵਿੱਚ ਇਹ ਗੱਲ ਮੈਨੂੰ ਦੱਸੀ ਮੇਰੇ ਬ੍ਰਦਰ ਨੇ ਕਿ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਨਾ ਟੋਕਰਾ ਜਿਹਾ ਆਇਆ ਬਹੁਤ ਵੱਡਾ, ਜਿਹੜਾ ਤਾਹਾਂ ਨੂੰ ਰੱਖਦੇ ਸਿੱਧਾ ਆਪਾਂ ਤੂੜੀ ਭਰਨ ਵੇਲੇ ਟੋਕਰਾ ਰੱਖਦੇ ਜਿਵੇਂ ਇਵੇਂ ਰੱਖਦੇ ਆ, ਅਤੇ ਉਸ ਟੋਕਰੇ ਦੇ ਨਾਲ 32-33 ਚੈਨਲ ਆਉਂਦੇ ਨੇ। ਅਤੇ ਹੁਣ ਪਤਾ ਲੱਗਾ ਵੀ ਉਹ ਟੋਕਰੇ ਵੀ ਅੱਜ ਕੱਲ੍ਹ ਤਾਂ ਲੋੜ ਹੈ ਨਹੀਂ, ਅੱਜ ਕੱਲ੍ਹ ਤਾਂ ਡੱਬੀਆਂ ਆ ਗਈਆਂ, ਵੱਡੀ ਸਾਰੀ ਡਿਸ਼ ਜਿਹੜੀ ਹੁੰਦੀ ਸੀ ਉਹਦੀ ਵੀ ਲੋੜ ਨਹੀਂ, ਤਾਂ ਅੱਜ ਕੱਲ੍ਹ 35-36 ਨਹੀਂ 35-36 100 ਚੈਨਲ ਉੱਥੇ ਸਾਨੂੰ ਦੇਖਣ ਨੂੰ ਮਿਲਦਾ। ਵਾਪਸ ਅਗਰ ਚੱਲੀਏ ਦੂਰਦਰਸ਼ਨ ਵੱਲ, ਦੂਰਦਰਸ਼ਨ ਦੀ ਗੱਲ ਕਰੀਏ, ਦੂਰਦਰਸ਼ਨ ਦਾ ਸਮਾਂ ਤਕਰੀਬਨ ਸਾਰੇ ਦਰਸ਼ਕਾਂ ਨੂੰ ਯਾਦ ਹੋਏਗਾ, ਬੱਚਿਆਂ ਦੀ ਗੱਲ ਕਰੀਏ ਬੱਚਿਆਂ ਨੂੰ ਉਸ ਚੀਜ਼ ਦਾ ਨਹੀਂ ਪਤਾ ਹੋਏਗਾ, ਜਾਂ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਨੂੰ ਵੀ ਜ਼ਿਆਦਾ ਉਸ ਬਾਰੇ ਜਾਣਕਾਰੀ ਨਹੀਂ ਹੋਏਗੀ, ਪਰ ਟੀਵੀ ਦੇ ਵਿੱਚ ਜਾਂ ਫਿਲਮਾਂ ਦੇ ਵਿੱਚ ਅਕਸਰ ਦਿਖਾਉਂਦੇ ਰਹਿੰਦੇ ਆ ਪੁਰਾਣੀਆਂ ਗੱਲਾਂ, ਤਾਂ ਇਸ ਕਰਕੇ ਬਹੁਤ ਸਾਰੇ ਬੱਚਿਆਂ ਨੂੰ ਨੌਜਵਾਨ ਨੂੰ ਉਸ ਗੱਲ ਦਾ ਪਤਾ ਹੋਏਗਾ। ਦੂਰਦਰਸ਼ਨ ਦਾ ਦੌਰ ਜਦੋਂ ਸੀਗਾ, ਅੱਜ ਵੀ ਹੈ ਦੂਰਦਰਸ਼ਨ ਦਾ ਦੌਰ, ਐਸੀ ਗੱਲ ਨਹੀਂ, ਪਰ ਜਦੋਂ ਸੀਗਾ ਉਦੋਂ ਬਹੁਤ ਸਾਰੇ ਪ੍ਰੋਗਰਾਮ ਐਸੇ ਸੀਗੇ, ਬਹੁਤ ਸਾਰੇ ਗਾਇਕ ਕਲਾਕਾਰ ਜਿਹੜੇ ਦੂਰਦਰਸ਼ਨ ਦੇ ਵਿੱਚੋਂ ਪੈਦਾ ਹੋਏ, ਦੂਰਦਰਸ਼ਨ ਨੇ ਸੁਪਰ ਡੁਪਰ ਹਿੱਟ ਕੀਤੇ, ਰਾਤੋ ਰਾਤ ਸੁਪਰ ਡੁਪਰ ਹਿੱਟ ਕੀਤੇ। ਅਤੇ ਉਹਨਾਂ ਦੀ ਅਸੀਂ ਗੱਲ ਕਰੀਏ, ਉਸ ਸਮੇਂ ਦੀ ਗੱਲ ਕਰੀਏ, ਉਸ ਸਮੇਂ ਦੇ ਵਿੱਚ ਸਾਡੇ ਪ੍ਰੋਗਰਾਮ ਵੀ ਆਉਂਦੇ ਸੀ, ਜਸਵਿੰਦਰ ਭੱਲਾ, ਬਾਲਮੁਕੰਦ ਸ਼ਰਮਾ ਉਹਨਾਂ ਦੇ ਪ੍ਰੋਗਰਾਮ ਆਉਂਦੇ ਸੀ, ਅਤੇ ਗਾਇਕ ਕਲਾਕਾਰ ਜਿਹੜੇ ਉਹ ਅਕਸਰ ਦੂਰਦਰਸ਼ਨ ਤੋਂ ਆਉਂਦੇ ਸੀ। ਪਰ ਇੱਕ ਜਿਹੜੀ ਵਧੀਆ ਗੱਲ ਉਦੋਂ ਖਾਸੀਅਤ ਇਹ ਸੀ ਕਿ ਜੇ ਕੋਈ ਕਲਾਕਾਰ ਰੇਡੀਓ ਅਪਰੂਵਡ ਨਾਲ ਲਿਖਦਾ ਸੀ ਤਾਂ ਉਹਦੇ ਵਾਸਤੇ ਬੜੀ ਵੱਡੀ ਮਾਣ ਵਾਲੀ ਗੱਲ ਸਮਝੀ ਜਾਂਦੀ ਸੀਗੀ ਕਿ ਰੇਡੀਓ ਅਪਰੂਵਡ ਆ, ਜਾਂ HMV ਦੀ ਗੱਲ ਕਰਦੇ ਹੁੰਦੇ ਸੀ ਵੀ ਉਹਦਾ ਕਲਾਕਾਰ ਹੈਗਾ। ਰੇਡੀਓ ਅਪਰੂਵ ਅਤੇ ਦੂਰਦਰਸ਼ਨ ਤੋਂ ਅਪਰੂਵ ਹੋਣਾ ਬਹੁਤ ਵੱਡੀ ਗੱਲ ਸਮਝਿਆ ਜਾਂਦਾ ਸੀਗਾ, ਸਮੇਂ ਦੇ ਨਾਲ ਦੂਰਦਰਸ਼ਨ ਸਭ ਕੁਝ ਬਦਲਿਆ। ਮੇਰੇ ਨਾਲ ਅੱਜ ਸਾਡੇ ਸਟੂਡੀਓ ਦੇ ਵਿੱਚ ਪੰਜਾਬ ਤੋਂ ਆਏ ਹੋਏ ਨੇ ਸਪੈਸ਼ਲ ਤੌਰ 'ਤੇ ਇੱਥੇ ਅਮਰੀਕਾ ਦੇ ਵਿੱਚ ਆਪਣੀ ਪਰਿਵਾਰਕ ਫੇਰੀ 'ਤੇ। ਪਰ ਅਗਰ ਮੈਂ ਗੱਲ ਕਰਾਂ ਦੂਰਦਰਸ਼ਨ ਵੇਲੇ ਦੀ, ਦੂਰਦਰਸ਼ਨ ਵੇਲੇ ਉਹਨਾਂ ਦੇ ਬਹੁਤ ਸਾਰੇ ਗੀਤ ਆਉਂਦੇ ਹੁੰਦੇ ਸੀ ਔਰ ਪਸੰਦ ਵੀ ਕੀਤੇ ਜਾਂਦੇ ਹੁੰਦੇ ਸੀ। ਅਗਰ ਗੱਲ ਕਰੀਏ ਤਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਪੜ੍ਹਾਈ ਕੀਤੀ ਹੈ, ਜਿੱਥੇ ਜਸਵਿੰਦਰ ਭੱਲਾ ਅਤੇ ਬਾਲਮੁਕੰਦ ਸ਼ਰਮਾ ਹੋਣਾ ਦੇ ਨਾਲ ਉੱਥੇ ਤਕਰੀਬਨ ਉਸੇ ਬੈਚ ਦੇ ਵਿੱਚ ਪੜ੍ਹਾਈ ਇਹਨਾਂ ਨੇ ਕੀਤੀ ਹੈ। ਅਤੇ ਮੇਰਾ ਖਿਆਲ ਹੈ ਵੀ ਮੈਂ ਅੱਜ ਦੇ ਮਹਿਮਾਨ ਨੂੰ ਮਿਲਾਉਣ ਤੋਂ ਪਹਿਲਾਂ ਅਗਰ ਇੱਕ ਗੀਤ ਤੁਹਾਨੂੰ ਦਿਖਾ ਦੇਵਾਂ ਉਸ ਸਮੇਂ ਦਾ, ਤਾਂ ਤੁਹਾਡੇ ਜ਼ਿਹਨ ਦੇ ਵਿੱਚ ਜ਼ਰੂਰ ਆ ਜਾਏਗਾ ਕਿ ਦੂਰਦਰਸ਼ਨ ਦੇ ਸਮੇਂ ਇਹ ਗਾਇਕ ਕਲਾਕਾਰ ਆਉਂਦੇ ਹੁੰਦੇ ਸੀ ਅਤੇ ਗਾਉਂਦੇ ਹੁੰਦੇ ਸੀ ਅਤੇ ਵਧੀਆ ਗਾਉਂਦੇ ਹੁੰਦੇ ਸੀ। ਅਤੇ ਅੱਜ ਸਟੂਡੀਓ ਦੇ ਵਿੱਚ ਆਏ ਨੇ ਅਤੇ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਲਓ ਫਿਰ ਡਾਕਟਰ ਸੁਖਨੈਨ ਗਿੱਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸ ਪੰਜਾਬੀ ਟੀਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਮੈਂ ਜੱਗੀ ਜੀ ਤੁਹਾਡਾ ਬਹੁਤ ਮਸ਼ਹੂਰ ਹਾਂ ਕਿ ਤੁਸੀਂ ਮੈਨੂੰ ਇੱਥੇ ਬੁਲਾ ਕੇ ਅਤੇ ਸਾਰਿਆਂ ਦੇ ਸਨਮੁੱਖ ਹੋਣ ਦਾ ਮੌਕਾ ਦਿੱਤਾ। ਲਓ ਜੀ, ਸਾਡੀ ਤਾਂ ਕੋਸ਼ਿਸ਼ ਇਹ ਹੁੰਦੀ ਕਿ ਪੰਜਾਬ ਤੋਂ ਆਉਂਦੇ ਨੇ ਖਾਸ ਤੌਰ 'ਤੇ, ਅਸੀਂ ਪੁਰਾਣੇ ਜਦੋਂ ਕਲਾਕਾਰਾਂ ਦੀ ਗੱਲ ਕਰਦੇ ਹਾਂ, ਪੁਰਾਣੇ ਇਹ ਨਹੀਂ ਵੀ ਉਮਰ ਦੇ ਹਿਸਾਬ ਨਾਲ ਪੁਰਾਣੇ ਜੀ, ਊਂ ਜਿਹੜਾ ਮਤਲਬ ਪੁਰਾਣੇ ਕਲਾਕਾਰਾਂ ਦੀ ਗੱਲ ਕਰ ਲਈਏ ਜਾਂ ਵਧੀਆ ਗਾਇਕੀ ਦੀ ਗੱਲ ਕਰ ਲਈਏ ਜੀ। ਅਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਜ਼ਰੂਰ ਅਸੀਂ ਸਾਡੇ ਦਰਸ਼ਕਾਂ ਰੂਬਰੂ ਕਰੀਏ, ਇਕੱਲਾ ਇਹ ਹੀ ਨਹੀਂ ਸਾਡੇ ਇੱਥੇ ਅਮਰੀਕਾ ਦੇ ਵਿੱਚ ਵੀ ਕਿਤੇ ਸਾਨੂੰ ਪਤਾ ਲੱਗਦਾ ਵੀ ਕਲਾ ਛੁਪੀ ਬੈਠੀ ਕਿਤੇ ਜੀ, ਅਤੇ ਅਸੀਂ ਉੱਥੇ ਪਹੁੰਚ ਕੇ ਅਤੇ ਉਹਨਾਂ ਨੂੰ ਫਿਰ ਜ਼ਰੂਰ ਕੋਸ਼ਿਸ਼ ਕਰੀ ਦੀ ਹੈ, ਉਹਨਾਂ ਦਾ ਸ਼ੌਕ ਜਿਹੜਾ ਪੂਰਾ ਕਰਨ ਦੀ ਉਹ ਵੀ ਕਰੀ ਦੀ ਹੈ। ਸੋ ਡਾਕਟਰ ਸੁਖਨੈਨ ਗਿੱਲ, ਡਾਕਟਰ ਜਦੋਂ ਨਾਮ ਦੇ ਨਾਲ ਲੱਗ ਗਿਆ ਤਾਂ ਇੱਕ ਵੱਖਰਾ ਪ੍ਰਭਾਵ ਪੈਂਦਾ,
ਡਾਕਟਰ ਸੁਖਨੈਣ ਸਿੰਘ ਡਾਕਟਰ ਸੁਖਨੈਣ ਸਿੰਘ ਹਾਂ ਸੁਖਨੈਣ ਸਾਡੇ ਇੱਕ ਮਿੱਤਰ ਗਿੱਲ ਮੈਨੂੰ ਚੇਤੇ ਆ ਗਏ ਲੈਥਰੋਪ ਤੋਂ ਜੀ ਹਾਂਜੀ ਸੁਖਨੈਣ ਜੀ ਪਹਿਲਾਂ ਫਿਰ ਕਿੱਥੋਂ ਗੱਲ ਸ਼ੁਰੂ ਕਰੀਏ ਗਾਇਕੀ ਤੋਂ ਸ਼ੁਰੂ ਕਰੀਏ ਕਿੱਥੋਂ ਸ਼ੁਰੂ ਹੋਈ ਗਾਇਕੀ ਦੀ ਸ਼ੁਰੂਆਤ ਮੇਰੇ ਖਿਆਲ ਉਦੋਂ ਭੱਲਾ ਸਾਹਿਬ ਉਹਨਾਂ ਨੇ ਕੌਮੇਡੀ ਦੀ ਸ਼ੁਰੂਆਤ ਕੀਤੀ ਸੀ ਜੀ ਜੀ ਅਤੇ ਤੁਸੀਂ ਗਾਇਕੀ ਦੀ ਅਸਲ ਦੇ ਵਿੱਚ ਅਸੀਂ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਗਏ ਜੀ ਪੜ੍ਹਨ ਗਏ ਅਤੇ ਉੱਥੇ ਵੈਸੇ ਮੈਂ ਤਾਂ ਜ਼ਿਆਦਾ ਸਪੋਰਟਸ ਕਰਦਾ ਹੁੰਦਾ ਸੀ ਹੈਂਡਬਾਲ ਖੇਡਦਾ ਹੁੰਦਾ ਸੀ ਜੀ ਅਤੇ ਉੱਥੇ ਇਸ ਤਰ੍ਹਾਂ ਸ਼ਾਮ ਨੂੰ ਅਸੀਂ ਗਰਾਊਂਡ 'ਚੋਂ ਆਏ ਅਤੇ ਉੱਥੇ ਸਾਡੇ ਇੱਕ ਸਟੂਡੈਂਟ ਹੋਮ ਸੈਂਟਰ ਸੈਂਟਰ ਸਟੂਡੈਂਟ ਸੈਂਟਰ ਅੱਛਾ ਜੀ ਉੱਥੇ ਪਤਾ ਲੱਗਾ ਕਿ ਗਜ਼ਲਾਂ ਦਾ ਪ੍ਰੋਗਰਾਮ ਹੋ ਰਿਹਾ ਅਤੇ ਅਸੀਂ ਉਸੇ ਤਰੀਕੇ ਨਾਲ ਟਰੈਕ ਸੂਟ ਪਾ ਕੇ ਅਸੀਂ ਪਿੱਛੇ ਬਹਿ ਕੇ ਦੇਖਣ ਲੱਗ ਪਏ ਅਤੇ ਉਹ ਮੇਰਾ ਖਿਆਲ ਲਾਸਟ 'ਚ ਮੈਨੂੰ ਸਾਰੇ ਕਹਿਣ ਜੀ ਕੋਈ ਹੋਰ ਹੈ ਵੇ ਵੀ ਜਿਨ੍ਹਾਂ ਨੇ ਵੀ ਗਾਣਾ ਅੱਛਾ ਅਤੇ ਉਹ ਪਿੱਛੇ ਨਾਲ ਸਾਡੇ ਦੋ ਚਾਰ ਕਹਿੰਦੇ ਜੀ ਉਹ ਸੁਖਨੈਣ ਗਾ ਲੈਂਦਾ ਸੁਖ ਤੁਸੀਂ ਵੀ ਆ ਜਾ ਅੰਦਰ ਆ ਜਾ ਵੀ ਜਲਦੀ ਆ ਜਾ ਅਤੇ ਉਹ ਮੈਂ ਵੀ ਉਹਦੇ 'ਚ ਗਾਤਾ ਇਹ ਗਜ਼ਲ ਗਾਤੀ ਅਤੇ ਉਦੋਂ ਗੁਲਾਮ ਅਲੀ ਸਾਹਿਬ ਨੂੰ ਬਹੁਤ ਸੁਣਦਾ ਸੀ ਉਹਨਾਂ ਦੀਆਂ ਗਜ਼ਲਾਂ ਗਾਉਂਦੇ ਰਹਿਣਾ ਐਵੇਂ ਹੋਸਟਲ ਜੇ ਤੁਹਾਨੂੰ ਪਤਾ ਹੋਸਟਲ 'ਚ ਬਹਿ ਗਾਈਦਾ ਜੀ ਅਤੇ ਉਹ ਮੇਰੀ ਲਾਸਟ ਹੀ ਆਈਟਮ ਸੀ ਅਤੇ ਉਸ ਤੋਂ ਬਾਅਦ ਜੱਜਮੈਂਟ ਸੀ ਅਤੇ ਉਹ ਜੱਜਮੈਂਟ ਅਸੀਂ ਪਹਿਲਾਂ ਚੱਲ ਚੱਲੇ ਸੀ ਬਾਅਦ 'ਚ ਅਸੀਂ ਕਿ ਦੇਖ ਲਈਏ ਵੀ ਕੌਣ ਫਸਟ ਆਉਂਦਾ ਅੱਛਾ ਜੀ ਅਤੇ ਉਹ ਮੈਨੂੰ ਪ੍ਰਾਈਜ਼ ਉਹਨਾਂ ਨੇ ਫਸਟ ਦੇ ਦਿੱਤਾ ਅਤੇ ਉਦੋਂ ਸੀ ਪ੍ਰਿਥੀਪਾਲ ਸਿੰਘ ਸੀ ਸਾਡੇ ਜਿਹੜੇ ਹਾਕੀ ਦੇ ਪਲੇਅਰ ਉਹ DSW ਸੀ ਅੱਛਾ ਜੀ ਅਤੇ ਉਹਨਾਂ ਨੇ ਮੈਨੂੰ ਉਹਨਾਂ ਕੋਲ ਪ੍ਰਾਈਜ਼ ਲਿਆ ਮੈਨੂੰ ਅਜੇ ਵੀ ਮੈਂ ਉਹ ਸਾਂਭ ਕੇ ਰੱਖਿਆ ਇੱਕ ਛੋਟੀ ਜਿਹੀ ਫੋਟੋ ਜੀ ਜੇ ਤੁਸੀਂ ਉਹ ਪ੍ਰਾਈਜ਼ ਸਾਂਭ ਕੇ ਰੱਖਿਆ ਜੀ ਅਤੇ ਜਿਹੜੀ ਉਹ ਗਜ਼ਲ ਸੀਗੀ ਉਹ ਵੀ ਦੇਖੋ ਜੀ ਪਹਿਲੀ ਕੋਈ ਵੀ ਚੀਜ਼ ਕਹਿੰਦੇ ਭੁੱਲਦੀ ਨਹੀਂ ਹੁੰਦੀ ਅਤੇ ਉਹ ਗਜ਼ਲ ਵੀ ਤੁਹਾਨੂੰ ਮੇਰੇ ਖਿਆਲ ਯਾਦ ਹੋਏਗੀ ਦੂਰ ਇੰਨਾ ਅਗਰ ਸਾਡੇ ਦਰਸ਼ਕਾਂ ਨੂੰ ਸੁਣਾਉਣੀਆਂ ਚਾਹੋ ਤਾਂ ਬੜਾ ਚੰਗਾ ਲੱਗੂਗਾ ਮੈਨੂੰ ਵੀ ਅਤੇ ਸਾਡੇ ਦਰਸ਼ਕਾਂ ਨੂੰ ਗੁਲਾਮ ਅਲੀ ਸਾਹਿਬ ਦੀ ਗਜ਼ਲ ਸੀ ਜੀ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ ਥੋੜੇ ਚਿਰ ਆਊਟ ਆਫ ਟੱਚ ਹੋ ਗਿਆ ਸੰਗੀਤ ਨਾਲੋਂ ਪਰ ਰਿਆਜ਼ ਦੇ ਨਾਲ ਮੇਰਾ ਸ਼ੁਰੂ ਤੋਂ ਹੀ ਆਈ ਥਿੰਕ ਮੈਂ ਜੇ ਸੱਚ ਬੋਲਾ ਇੱਥੇ ਬੈਠ ਕੇ ਤੁਹਾਡੀ ਟੀਵੀ ਤੇ 82 ਤੋਂ ਮੈਂ ਹਾਰਮੋਨੀਅਮ 'ਤੇ ਹੱਥ ਰੱਖਿਆ ਸੀ 1982 ਤੋਂ ਜੀ ਅਤੇ ਹੁਣ ਤੱਕ ਕੋਈ ਕਿਤੇ ਜਿਵੇਂ ਸਿਹਤ ਮੇਰੀ ਨਾ ਖਰਾਬ ਹੋ ਜਾਵੇ ਬਟ ਅਦਰਵਾਈਜ਼ ਮੈਂ ਸਵੇਰੇ ਉੱਠ ਕੇ ਅੱਧਾ ਪੌਣਾ ਘੰਟਾ ਉਸ ਹਾਰਮੋਨੀਅਮ ਨੂੰ ਦੇਖਣਾ ਔਰ ਉਹਦੇ ਨਾਲ ਮੈਂ ਆਪਣਾ ਰਿਆਜ਼ ਕਰਨਾ ਦੇਖੋ ਜੀ ਇਹ ਤੁਸੀਂ ਵਧੀਆ ਇੱਕ ਰੂਟੀਨ ਬਣਾਈ ਹੋਈ ਹੈ ਅਦਰਵਾਈਜ਼ ਆਪਾਂ ਇਹ ਸੋਚ ਲੈਂਦੇ ਜੀ ਹੁਣ ਚਲੋ ਆਪਾਂ ਕਿਹੜਾ ਹੁਣ ਸਟੇਜਾਂ ਸਟੂਜਾਂ ਕਰਨੀਆਂ ਅਤੇ ਹੁਣ ਕੀ ਜ਼ਰੂਰਤ ਹੈਗੀ ਰਿਆਜ਼ ਦੀ ਜੀ ਜੀ ਪਰ ਇਹ ਵੱਖਰੀ ਗੱਲ ਹੈ ਤੁਸੀਂ ਸਟੇਜਾਂ ਨਹੀਂ ਵੀ ਕਰਦੇ ਤਾਂ ਵੀ ਰਿਆਜ਼ ਕਰਦੇ ਹੋ ਤੇ ਸਾਡੇ 90% ਸਿੰਗਰ ਸਟੇਜਾਂ ਕਰਦੇ ਨੇ ਤਾਂ ਰਿਆਜ਼ ਨਹੀਂ ਕਰਦੇ ਰਿਆਜ਼ ਤੇ ਬਹੁਤ ਤੇ ਉਹ ਫਿਰ ਜਦੋਂ ਹਾਲਾਂਕਿ ਸੀਡੀ ਤੇ ਗਾਉਂਦੇ ਹੁੰਦੇ ਆ ਜੀ ਜੀ ਤੇ ਸੀਡੀ ਤੇ ਗਾਉਂਦਿਆਂ ਨੂੰ ਬੁੱਲ ਹਿਲਾਉਣੇ ਨਾਲ ਇਕੱਲੇ ਤਾਂ ਵੀ ਸਾਹ ਚੜ੍ਹ ਜਾਂਦਾ ਉਹਨਾਂ ਨੂੰ ਸਾਹ ਚੜ੍ਹ ਜਾਂਦਾ ਅੱਛਾ ਤੁਹਾਡੇ ਵੀ ਪਰਿਵਾਰ ਦੇ ਵਿੱਚੋਂ ਕੋਈ ਇਸ ਲਾਈਨ ਦੇ ਵਿੱਚ ਸੀਗੇ ਕਿ ਤੁਸੀਂ ਆਏ ਫਿਰ ਨਹੀਂ ਜੱਗੀ ਜੀ ਸਾਡੇ ਪਿਛੋਕੜ 'ਚ ਕੋਈ ਵੀ ਪਰਿਵਾਰ ਦੇ ਵਿੱਚ ਨਾ ਕੋਈ ਬਜ਼ੁਰਗਾਂ 'ਚ ਕੋਈ ਗਾਉਂਦਾ ਸੀ ਅਸੀਂ ਬੇਸਿਕਲੀ ਖੇਤੀਬਾੜੀ ਪਰਿਵਾਰਕ ਨਾ ਪਰਿਵਾਰ ਨਾਲ ਮੈਂ ਸੰਬੰਧ ਰੱਖਣਾ ਵਾ ਮੈਂ ਤੁਹਾਨੂੰ ਇੱਥੇ ਇੱਕ ਛੋਟੀ ਜਿਹੀ ਗੱਲ ਮੈਨੂੰ ਯਾਦ ਆ ਗਈ ਜਦੋਂ ਮੈਂ ਡਿਗਰੀ ਕਰਕੇ ਘਰ ਗਿਆ ਜੀ ਅਤੇ ਉਹ ਤੁਹਾਨੂੰ ਪਤਾ ਜਦੋਂ ਹੋਸਟਲ 'ਚ ਸਾਰੇ ਜਾਂਦੇ ਨੇ ਅਤੇ ਉਹ ਕੋਈ ਐਵੇਂ ਜਿਹੜੇ ਕੋਈ ਦੋ ਚਾਰ ਕੱਪੜੇ ਉਸ ਟਾਈਮ ਹੁੰਦੇ ਸੀ ਉਹ ਅਤੇ ਜਿਹੜਾ ਸਾਡਾ ਬਿਸਤਰਾ ਸੀ ਉੱਥੇ ਦੇ ਗਏ ਜਿਹੜੇ ਸਾਡੇ ਉੱਥੇ ਅਟੈਂਡੈਂਟ ਸੀ ਅੱਛਾ ਜੀ ਅਤੇ ਇੱਕ ਮੈਂ ਉਹਦੇ ਨਾਲ ਹਾਰਮੋਨੀਅਮ ਘਰ ਲੈ ਗਿਆ ਅੱਛਾ ਅਤੇ ਹੁਣ ਪਿੰਡ ਦੇ ਵਿੱਚ ਸੀ ਅਸੀਂ ਰਹਿੰਦੇ ਸੀ ਅਤੇ ਹਾਰਮੋਨੀਅਮ ਲੈ ਗਿਆ ਅਤੇ ਮੈਂ ਉਹੀ ਰੂਟੀਨ ਮੇਰੀ 82 ਤੋਂ ਸ਼ੁਰੂ ਸੀ ਅਤੇ ਮੈਂ ਹਾਰਮੋਨੀਅਮ ਆਪਣੇ ਸਵੇਰੇ ਉੱਠਿਆ ਖਾਣੇ ਤੋਂ ਪਹਿਲਾਂ ਬ੍ਰੇਕਫਾਸਟ ਕਰਨ ਤੋਂ ਪਹਿਲਾਂ ਅਤੇ ਮੈਂ ਹਾਰਮੋਨੀਅਮ ਫੜ ਕੇ ਵਜਾਉਣ ਲੱਗ ਪਿਆ ਆਪਣਾ ਰਿਆਜ਼ ਸ਼ੁਰੂ ਕਰਤਾ ਉਹ ਸਾਡੇ ਫਾਦਰ ਸਾਹਿਬ ਨੇ ਕਿਹਾ ਵੀ ਉਹਨਾਂ ਨੇ ਇੱਕ ਦਿਨ ਦੇਖਿਆ ਦੋ ਦਿਨ ਦੇਖਿਆ ਅਤੇ ਤੀਸਰੇ ਦਿਨ ਕਹਿੰਦੇ ਵੀ ਮੇਰੇ ਮਾਤਾ ਜੀ ਨੂੰ ਕਹਿੰਦੇ ਜੀ ਉਹਨਾਂ ਦਾ ਨਾਂ ਪ੍ਰਕਾਸ਼ ਕੌਰ ਹੈ ਅਤੇ ਉਹਨਾਂ ਨੂੰ ਕਹਿੰਦੇ ਪ੍ਰਕਾਸ਼ ਵੀ ਇਹ ਦੇਖ ਜਰਾ ਵੀ ਇਹਨੇ ਇਹ ਕੋਈ ਡਿਗਰੀ ਵੀ ਲੈ ਕੇ ਆਉਂਦੀ ਇਹਨੂੰ 5 ਸਾਲ ਉੱਥੇ ਪਾਇਆ ਸੀ ਕੋਈ ਡਿਗਰੀ ਲੈ ਕੇ ਆਉਂਦੀ ਕਿ ਵਾਜਾ ਹੀ ਚੁੱਕ ਲਿਆ ਉੱਥੇ ਉਹ ਫਿਰ ਥੋੜ੍ਹੇ ਚਿਰ ਬਾਅਦ ਕੁਝ ਮੇਰੇ ਗਾਣੇ ਟੀ ਵੀ 'ਤੇ ਆਉਣ ਲੱਗ ਪਏ ਅਤੇ ਉਹ ਪਿੰਡ ਵਾਲਿਆਂ ਕਹਿਣਾ ਜੀ ਉਹ ਤੁਹਾਡਾ ਮੁੰਡਾ ਅੱਜ ਦੇਖਿਆ ਸੀ ਅਸੀਂ ਟੀ ਵੀ 'ਤੇ
ਉਹ ਫਿਰ ਸਾਡੇ ਬਜ਼ੁਰਗਾਂ ਨੂੰ ਲੱਗਾ ਵੀ ਇਹ ਠੀਕ ਕਰਦਾ ਵਾ, ਕੋਈ ਨਾ ਕੋਈ ਕੰਮ ਠੀਕ ਲੱਗਦਾ, ਚੰਗਾ ਲੱਗਦਾ ਟੀਵੀ 'ਤੇ ਉਹਦਾ ਕੁਛ ਨਾ ਕੁਛ ਤਾਂ ਕੁਛ ਤਾਂ ਕਰਦਾ। ਅੱਛਾ, ਦੈਨ ਫਿਰ ਉਹਨਾਂ ਨੇ ਮੈਨੂੰ ਮਾਨਤਾ ਦਿੱਤੀ ਵੀ ਚੱਲ ਠੀਕ ਹੈ ਗਾ ਲਿਆ ਕਰ ਵੀ ਤੂੰ। ਅਤੇ ਟੀਵੀ ਦੀ ਗੱਲ ਚੱਲੀ ਹੈ, ਦੂਰਦਰਸ਼ਨ ਦੀ ਗੱਲ ਚੱਲੀ, ਮੈਂ ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝੀ ਕੀਤੀ ਹੈ, ਦੂਰਦਰਸ਼ਨ ਇੱਕ ਵੱਖਰੀ ਚੀਜ਼, ਵੱਖਰਾ ਰੁਝਾਨ ਹੁੰਦਾ ਸੀ, ਉਹ ਟੀਵੀ 'ਤੇ ਗਾਉਣਾ ਕੋਈ ਸੌਖਾ ਕੰਮ ਨਹੀਂ ਸੀ, ਬਹੁਤ ਔਖਾ ਸੀ, ਵੈਰੀ ਠੀਕ ਹੈ ਜੀ, ਟੀਵੀ 'ਤੇ ਪਹੁੰਚਣਾ ਬਹੁਤ ਔਖਾ ਕੰਮ ਮੰਨਿਆ ਜਾਂਦਾ ਸੀ। ਵੀ ਤੁਹਾਡਾ ਟੀਵੀ ਦੇ ਉੱਪਰ ਸੁਭਾਅ ਕਿਵੇਂ ਬਣਿਆ ਦੂਰਦਰਸ਼ਨ ਦਾ? ਅਸਲ 'ਚ ਪਹਿਲਾਂ ਤਾਂ ਮੈਂ ਅਸੀਂ ਸਾਨੂੰ ਬੇਸਿਕਲੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਹੋਣ ਦੇ ਨਾਤੇ, ਪੜ੍ਹਨ ਦੇ ਨਾਤੇ ਨਾ, ਬਹੁਤ ਸਾਰੀਆਂ ਚੀਜ਼ਾਂ ਨਾਲ ਸਾਡੀ ਐਕਸੈਸ ਬਹੁਤ ਸੀ ਬਾਹਰ ਜੀ, ਵੀ ਜੇ ਸਪੋਰਟਸ ਕਰਨੀ ਤਾਂ ਤੁਸੀਂ ਡਾਇਰੈਕਟ ਸਪੋਰਟਸ ਕਰ ਸਕਦੇ ਹੋ। ਇਸੇ ਤਰੀਕੇ ਨਾਲ ਸਾਡੇ ਨਾ ਯੂਨੀਵਰਸਿਟੀ ਦੇ ਵਿੱਚ ਇੱਕ ਵਾਰੀ ਹਰਜੀਤ ਸਿੰਘ ਹੋਣੀ ਅਤੇ ਇੱਕ ਜੀ ਕੱਚ ਦੀਆਂ ਮੁੰਦਰਾਂ ਦੇ, ਕੱਚ ਦੀਆਂ ਮੁੰਦਰਾਂ ਵਾਲੇ ਦੇ ਪ੍ਰੋਡਿਊਸਰ, ਮੈਨੂੰ ਉਹਨਾਂ ਦਾ ਨਾਂ ਭੁੱਲ ਗਿਆ, ਉਹਨਾਂ ਦੇ ਫੌਤ ਹੋ ਗਏ ਨੇ, ਕੱਚ ਦੀਆਂ ਮੁੰਦਰਾਂ ਦੇ ਡੀਡੀ ਸੰਤੋਸ਼ ਸੀ, ਅਮਿਤੋਜ ਜੀ ਇਹ ਇੱਕ ਵਾਰੀ ਆਏ ਮੇਲਾ ਕਵਰ ਕਰਨ, ਅਤੇ ਮੈਂ ਉਦੋਂ ਉੱਥੇ ਸਾਡੇ ਜਿਹੜਾ ਮੇਲੇ 'ਤੇ ਪ੍ਰੋਗਰਾਮ ਹੁੰਦਾ, ਮੈਂ ਮੇਲੇ 'ਤੇ ਗਾਇਆ ਉਦੋਂ ਜੀ, ਅਤੇ ਮੈਨੂੰ ਯਾਦ ਹੈ ਨਰਿੰਦਰ ਬੀਬਾ ਜੀ ਨਾਲ ਮੇਰਾ ਡਿਊਟ ਸੀ ਉਦੋਂ ਉੱਥੇ, ਅਤੇ ਅਸੀਂ ਗਾਇਆ, ਅਤੇ ਉਹਨਾਂ ਨੇ ਮੈਨੂੰ ਫਿਰ ਰਾਤ ਨੂੰ ਉਹਨਾਂ ਨੇ ਮੈਨੂੰ ਬੁਲਾਇਆ ਜਿੱਥੇ ਫਿਰ ਆਏ ਸੀ ਉਹਨਾਂ ਨੂੰ, ਅਤੇ ਉਹ ਫਿਰ ਮੈਨੂੰ ਕਹਿੰਦੇ ਵੀ ਬੇਟਾ ਤੂੰ ਜੇ ਤੈਨੂੰ ਅਸੀਂ ਟੀ ਵੀ 'ਤੇ ਬੁਲਾਈ ਤਾਂ ਤੂੰ ਆਏਗਾ? ਮੈਂ ਕਿਹਾ ਜੀ ਮੈਂ ਜ਼ਰੂਰ ਆਵਾਂਗਾ। ਅੱਛਾ, ਅਤੇ ਫਿਰ ਉਸ ਤੋਂ ਬਾਅਦ ਫਿਰ ਮੈਂ ਟੀ ਵੀ 'ਤੇ ਗਿਆ ਜੀ। ਮਿਹਰਬਾਨੀ, ਬਹੁਤ ਮਿਹਰਬਾਨੀ, ਗੱਲਾਂ ਬਾਤਾਂ ਹਜੇ ਡਾਕਟਰ ਸੁਖਨੈਨ ਸਿੰਘ ਮੇਰੇ ਨਾਲ ਨੇ, ਪੰਜਾਬੀ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਹੈਗੇ ਨੇ, ਔਰ ਇੱਥੇ ਆਏ ਹੋਏ ਨੇ, ਇਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ, ਔਰ ਗਾਇਕੀ ਦੀ ਗੱਲ ਜਿਹੜੀ ਜਾਂ ਅੱਜ ਦੇ ਪ੍ਰੋਗਰਾਮ ਦੀ ਗੱਲ ਹੈ, ਤੁਹਾਨੂੰ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਪੂਰਾ 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 ਆਨੰਦ ਆਏਗਾ, ਇਹੋ ਜਿਹਾ ਕੁਝ ਸੁਣਨ ਨੂੰ ਮਿਲੇਗਾ। ਮੇਰੇ ਖਿਆਲ ਆਮ ਤੌਰ 'ਤੇ ਸਾਨੂੰ ਉਹ ਚੀਜ਼ਾਂ ਸੁਣਨ ਨੂੰ ਨਹੀਂ ਮਿਲਦੀਆਂ, ਇਹਨਾਂ ਨਾਲ ਗੱਲਬਾਤ ਵੀ ਤੁਸੀਂ ਕਰ ਸਕਦੇ ਹੋ, ਸਾਡੇ ਘਰਾਂ ਵਿੱਚ ਬੈਠੇ ਦਰਸ਼ਕ ਕਾਲ ਕਰਕੇ ਇਹਨਾਂ ਨੂੰ ਕੋਈ ਸਵਾਲ ਵੀ ਕਰ ਸਕਦੇ ਹੋ, ਇਹਨਾਂ ਕੋਲੋਂ ਕੋਈ ਗਾਣਾ ਵੀ ਸੁਣ ਸਕਦੇ ਹੋ, ਨਾਲ ਦੀ ਨਾਲ ਅਗਰ ਕੋਈ ਗੱਲ ਕਰਨੀ ਚਾਹੋ ਤਾਂ ਦੂਰਦਰਸ਼ਨ ਦੀ ਗੱਲ ਚੱਲੀ ਹੈ, ਦੂਰਦਰਸ਼ਨ ਦੀ ਸ਼ੁਰੂਆਤ ਹੋਈ ਸੀ ਇਹਨਾਂ ਦੀ ਵੀ, ਸੋ ਦੂਰਦਰਸ਼ਨ ਦੀ ਕੋਈ ਯਾਦ ਤਾਜ਼ਾ ਕਰਨੀ ਚਾਹੁੰਦੇ ਹੋ, ਕੋਈ ਜਦੋਂ ਕੋਈ ਟੂ ਹੁੰਦੀ ਸੀ, ਕਦਰ ਬਾਰ ਜ਼ਿਆਦਾ ਹੁੰਦਾ ਸੀਗਾ ਵੀ ਉਦੋਂ ਬੈਠੇ ਜਾਂ ਦੇਖੀ ਜਾਣਾ, ਕੋਈ ਦੂਰਦਰਸ਼ਨ ਦੀ ਗੱਲਬਾਤ ਵੀ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਨੰਬਰ ਸਕਰੀਨ 'ਤੇ ਆਉਂਦਾ, ਪਰ ਮੈਂ ਅਗਲੇ ਸੈਗਮੈਂਟ ਤੋਂ ਤੁਹਾਡੀਆਂ ਕਾਲਾਂ ਲੈਣੀਆਂ ਸ਼ੁਰੂ ਕਰੂੰਗਾ, ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਜੀ, ਬ੍ਰੇਕ ਤੋਂ ਬਾਅਦ ਹਾਜ਼ਰ ਹੈ ਇੱਕ ਵਾਰ ਫਿਰ ਮੇਰੇ ਨਾਲ ਨੇ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਡਾਕਟਰ ਸੁਖਨੈਣ ਸਿੰਘ, ਜਿਹੜੇ ਕਿ ਬਹੁਤ ਵਧੀਆ ਗਾਇਕ ਨੇ, ਸ਼ੌਕੀਆ ਗਾਇਆ, ਜ਼ਿਆਦਾ ਕਮਰਸ਼ੀਅਲ ਗਾਇਕੀ ਜਿਹੜੀ ਉਹ ਨਹੀਂ ਕੀਤੀ, ਵੀ ਹੁਣ ਜੇ ਮਾਹੌਲ ਹਥਿਆਰਾਂ ਵਾਲਾ ਪਾਸਾ ਤਾਂ ਉੱਧਰਲੇ ਪਾਸੇ ਨੂੰ ਤੁਰ ਪਓ। ਹਾਂਜੀ ਡਾਕਟਰ ਸਾਹਿਬ, ਜਿਹੜੀ ਸਵਾਬ ਤੁਹਾਡਾ ਬਣਿਆ ਗਾਉਣ ਦਾ, ਚਲੋ ਤੁਸੀਂ ਦੱਸਿਆ ਜਿਵੇਂ ਬਣਿਆ ਹੈਗਾ, ਮੁੜ ਕੇ ਦੂਰਦਰਸ਼ਨ ਦਾ ਸਵਾਬ ਜਿਹੜਾ ਹੈਗਾ ਉਹ ਬਣ ਗਿਆ, ਚਲੋ ਵਧੀਆ ਹੋ ਗਿਆ, ਔਰ ਉਹ ਵੀ ਉਦੋਂ ਚੰਗੇ ਬੰਦਿਆਂ ਨੂੰ ਚੁਣਦੇ ਸੀਗੇ, ਪ੍ਰੋਡਿਊਸਰ ਜਿਹੜੇ ਉਹਨਾਂ ਨੇ ਚੰਗੇ ਗਾਇਕਾਂ ਨੂੰ ਸੁਣਨਾ, ਬਿਲਕੁਲ ਕੰਪਨੀਆਂ ਵਾਲੇ ਜਿਹੜੇ ਸੀਗੇ ਉਹ ਵੀ ਗਾਇਕ ਨੂੰ ਇਹ ਕਹਿੰਦੇ ਸੀ ਵੀ ਕਾਕਾ ਬੈਠ ਕੇ ਦੱਸ ਤੇਰੇ ਗਲੇ 'ਚ ਕੀ ਹੈ, ਗਲੇ ਅੱਜ ਕੱਲ੍ਹ ਉਹ ਕੰਪਨੀ ਕਹਿੰਦੀ ਵੀ ਕਾਕਾ ਬੈਠ ਇੱਥੇ ਠੰਡਾ ਠੰਡਾ ਵੀ ਦੱਸ ਤੇ ਜੇਬ 'ਚ ਕੀ ਹੈ, ਤੇਰੀ ਫਿਰ ਕੈਸ਼ ਤੇਰਾ ਗਾਣਾ ਕਰੀਏ, ਹੁਣ ਤਾਂ ਚਲੋ ਸਿਸਟਮ ਹੀ ਚੇਂਜ ਹੋ ਗਿਆ, ਹਰ ਇੱਕ ਸਿੰਗਰ ਦੀ ਆਪੋ ਆਪਣੀ ਕੰਪਨੀ ਹੈ, ਪਰ ਉਹ ਜਿਹੜਾ ਮਾਹੌਲ ਹੈ ਕੈਸਟਾਂ ਲਾਈਨ ਲੱਗ ਕੇ ਡੀਲਰ ਡਿਸਟ੍ਰੀਬਿਊਟਰ ਆਉਂਦੇ ਸੀ, ਛਨਕਾਟਾ ਆਉਂਦਾ ਸੀ ਭੱਲਾ ਸਾਹਿਬ ਦਾ, ਸਾਡੀ ਕੈਸਟ ਕੁਲਫੀ ਗਰਮਾ ਗਰਮ ਭਗਵੰਤ ਜਦੋਂ ਆਉਂਦੀਆਂ ਸੀ ਉਹ ਬੜਾ ਉਦੋਂ ਮਾਹੌਲ ਵੱਖਰਾ ਹੁੰਦਾ ਸੀ, ਹੌਲੀ 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 ਬਹਿੰਦਾ 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 ਬਹਿ ਗਿਆ, ਬਹੁਤ ਪਾਇਰਸੀ ਕਰਕੇ ਆਊਟ ਹੋ ਗਿਆ, ਪਾਇਰਸੀ ਕਰਕੇ ਆਊਟ ਹੋ ਗਿਆ, ਪਾਇਰਸੀ ਕਰਕੇ ਆਊਟ ਹੋ ਗਿਆ। ਅਤੇ ਅੱਛਾ, ਅਸੀਂ ਅਗਰ ਉਸ ਸਮੇਂ ਦੀ ਗੱਲ ਕਰੀਏ, ਪਹਿਲੇ ਸਮਿਆਂ ਦੀ ਗਾਇਕੀ ਦੀ ਗੱਲ ਕਰੀਏ, ਤਾਂ ਗਾਇਕੀ ਦਾ ਤੁਹਾਨੂੰ ਕੀ ਫਰਕ ਮਹਿਸੂਸ ਹੁੰਦਾ? ਮੈਂ ਜੇ ਕਹੋ ਤਾਂ ਇਹ ਲਫਜ਼ਾਂ ਦੇ ਵਿੱਚ ਤਾਂ ਬਿਆਨ ਨਹੀਂ ਹੋ ਸਕਦਾ, ਗਾ ਕੇ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਵੇ ਕਿ ਬਹੁਤ ਹੀ ਜ਼ਿਆਦਾ ਸੀ ਉਸ ਟਾਈਮ, ਜਿਸ ਤਰ੍ਹਾਂ ਹੁਣ ਅਸੀਂ ਰੇਡੀਓ 'ਤੇ ਜਾਣਾ, ਪਹਿਲਾਂ ਰੇਡੀਓ ਜਿਹੜੇ ਟੀ ਵੀ ਵਾਲੇ ਸੀ ਉਹ ਰੇਡੀਓ ਤੋਂ ਅਪਰੂਵ ਆਰਟਿਸਟ ਲੈਂਦੇ, ਅਪਰੂਵ ਹੁੰਦੇ ਸੀ ਰੇਡੀਓ ਤੋਂ, ਬਿਲਕੁਲ ਉਹ ਕਹਿੰਦੇ ਸੀ ਵੀ ਜੇ ਤੁਸੀਂ ਰੇਡੀਓ 'ਤੇ ਗਾਣਾ ਹੈ ਤਾਂ ਪਹਿਲਾਂ ਟੀ ਵੀ 'ਤੇ ਗਾਣਾ ਅਤੇ ਰੇਡੀਓ ਤੋਂ ਤੁਸੀਂ ਅਪਰੂਵ ਹੋ ਕੇ ਆਓ, ਫਿਰ ਅਸੀਂ ਉੱਥੋਂ ਰੇਡੀਓ ਤੋਂ ਪਹਿਲਾਂ ਅਪਰੂਵਲ ਲੈਣੀ ਹੁੰਦੀ ਸੀ, ਪਹਿਲਾਂ ਉਹ ਫਿਰ ਬੀ ਬੀ 'ਚ ਜਾਣਾ, ਫਿਰ ਬੀ ਹਾਈ 'ਚ, ਉੱਥੇ ਫਿਰ ਅਸੀਂ ਗਾਉਂਦੇ ਸੀ ਵੀ ਉਹਦੇ 'ਚ, ਉਸ ਤੋਂ ਬਾਅਦ ਫਿਰ ਕਹਿਣਾ ਵੀ ਅਸੀਂ ਉੱਥੇ ਗਾਉਂਦੇ ਹਾਂ, ਇਸ ਸਕੇਲ 'ਚ ਗਾ ਰਹੇ ਹਾਂ, ਫਿਰ ਸਾਨੂੰ ਉੱਥੇ ਮੌਕਾ ਦਿੰਦੇ ਸੀ। ਅੱਛਾ ਅੱਛਾ, ਉਦੋਂ ਇੱਕ ਹੋਰ ਚੀਜ਼ ਬੜੀ ਵਧੀਆ ਹੁੰਦੀ ਸੀ ਜਿਹੜੀ ਕਿ ਉਦੋਂ ਇਹ ਵੀ ਨਹੀਂ ਸੀ ਹੁੰਦੀ ਵੀ ਸਿਫਾਰਸ਼ ਚੱਲ ਗਈ ਜਾਂ ਪੈਸੇ ਪੂਏ ਚੱਲ ਗਏ, ਬਾਅਦ ਵਿੱਚ ਬੜਾ ਕੁਛ ਹੋ ਗਿਆ ਦੂਰਦਰਸ਼ਨ ਦੇ ਵਿੱਚ ਵੀ, ਆਪਾਂ ਉਸ ਟਾਈਮ ਨਹੀਂ ਸੀ, ਜ਼ਿਕਰ ਨਹੀਂ ਕਰਨਾ, ਉਸ ਟਾਈਮ ਬੰਦੇ ਵੀ ਵਧੀਆ ਸੀ, ਸਾਰੇ ਸਾਰੇ ਆਰਟਿਸਟ ਵੀ ਵਧੀਆ ਸੀ, ਅਤੇ ਰਾਤੋ ਰਾਤ ਨਵੇਂ ਸਾਲ ਦਾ ਪ੍ਰੋਗਰਾਮ ਆਉਂਦਾ ਸੀ, ਸਿੰਗਰ ਜਿਹੜਾ ਉਹ 'ਚ ਗਾਉਂਦਾ ਸੀ, ਉਹ ਫਿਰ ਰਾਤੋ ਰਾਤ ਸਟਾਰ ਬਣ ਜਾਂਦਾ। ਮੈਂ ਤੁਹਾਨੂੰ ਦੱਸਣਾ ਕਿ ਅਸੀਂ ਜਦੋਂ ਉੱਥੇ ਇੱਕ ਰਿਕਾਰਡਿੰਗ ਕਰਾਉਣ ਜਾਂਦੇ ਸੀ ਨਾ, ਹਾਂਜੀ ਸੋਰੀ, ਉੱਥੇ ਜਦੋਂ ਜਾਂਦੇ ਸੀ ਤਾਂ ਜਿਹੜਾ ਪ੍ਰੋਡਿਊਸਰ ਸੀ, ਕਿਉਂਕਿ ਉੱਥੇ ਸਾਰੀ ਰਿਕਾਰਡਿੰਗ ਜਿਹੜੀ ਸੀ ਉਹ ਰਿਕਾਰਡਿੰਗ ਹੁੰਦੀ ਸੀ ਪ੍ਰੋਪਰ, ਇਹ ਨਹੀਂ ਸੀ ਵੀ ਪਿੱਛੇ ਗਾਣਾ ਲਾਤਾ ਅਤੇ ਤੁਸੀਂ ਲਿਪਸਿੰਗ ਕਰੀ ਜਾਓ, ਅਤੇ ਉਹ ਉੱਥੇ ਵੇਟ ਕਰਦਾ ਹੁੰਦਾ ਸਵੇਰੇ 9 ਵਜੇ, ਕਿਉਂਕਿ ਉਦੋਂ ਚੰਕ ਮਿਲਦਾ ਸੀ, ਸਟੂਡੀਓ ਮਿਲਦਾ ਸੀ, ਉਹ ਸਵੇਰੇ 9 ਵਜੇ ਵੇਟ ਕਰਦਾ ਸੀ ਵੀ ਮੇਰੇ ਆਰਟਿਸਟ
ਫਿਰ ਰਿਕਾਰਡਿੰਗ ਇੱਕ ਪ੍ਰੋਪਰ ਮਾਹੌਲ ਹੁੰਦਾ ਸੀ। ਮੈਨੂੰ ਅਜੇ ਵੀ ਯਾਦ ਹੈ ਬਾਹਰ ਪੌੜੀਆਂ 'ਚ ਬੈਠੇ ਸਚਦੇਵ ਆ ਜਿਹੜੇ ਮਤਲਬ ਡੈਥ ਹੋ ਗਈ ਹੈ ਅਤੇ ਉਹ ਵੇਟ ਕਰਨ ਪਏ ਵੀ ਸਾਡਾ ਸਿੰਗਰ ਨਹੀਂ ਅਜੇ ਆਇਆ ਅਤੇ ਆ ਉੱਥੇ ਤਾਂ ਹੁਣ ਸੁਣ ਸੁਣਾ ਪਈ ਆ ਤੁਸੀਂ ਪਿੱਛੇ ਸੀ ਡੀ ਦਿੰਦੇ ਆ ਗਾ ਕੇ ਅਤੇ ਜੀ ਅੱਧੇ ਘੰਟੇ 'ਚ ਦਸ ਸਿੰਗਰ ਗਾਹ ਕਰਦੇ ਨੇ। ਅੱਛਾ ਵੈਸੇ ਆਮ ਤੌਰ 'ਤੇ ਕੋਈ ਜਿਹੜੇ ਸਾਡੇ ਕਈ ਜਿਹੜੇ ਅੱਜ ਕੱਲ੍ਹ ਦੇ ਕਲਾਕਾਰ ਆਉਂਦੇ ਤਾਂ ਉਹਨੂੰ ਪਹਿਲਾਂ ਪੁੱਛਣਾ ਪੈਂਦਾ, ਫਿਰ ਉਹਦੇ ਕਿਤੇ ਇਹ ਕਹਿੰਦੇ ਭਾਅ ਜੀ ਤੁਸੀਂ ਐਂ ਕਰੋ ਗਾਣਾ ਗੁਣਾ ਆਪਾਂ ਰਹਿਣ ਦਿਓ, ਦੂਜੇ ਹੀ ਲਾ ਦਿਓ ਜਿਹੜੇ ਹੈਗੇ ਆ, ਤਾਂ ਉਹਨੂੰ ਮਾੜਾ ਮੋਟਾ ਸੁਣਾਉਣਾ ਪੈਣਾ ਅਤੇ ਪੁੱਛਣਾ ਪੈਂਦਾ ਵੀ ਚਲ ਆਹ ਸੁਣਾ ਦਿੰਦੇ। ਹੁਣ ਤੁਹਾਡੇ ਮਾਮਲੇ 'ਚ ਇਹ ਚੀਜ਼ ਨਹੀਂ ਹੈਗੀ, ਤੁਹਾਡੇ ਮਾਮਲੇ ਤੁਹਾਨੂੰ ਕੁਛ ਵੀ ਕਹੀਏ ਤਾਂ ਤੁਸੀਂ ਇੱਕ ਹੰਢੇ ਹੋਏ ਹੋ, ਪੱਕੇ ਹੋਏ ਆਰਟਿਸਟ ਹੋ ਅਤੇ ਜਿਹੜੀ ਸਹਿਜ ਸਹਿਜ ਪੱਕੇ ਹੋ, ਇਹ ਵੀ ਰਾਤੋਂ ਰਾਤ ਸਟਾਰ ਨਹੀਂ ਬਣੇ, ਸਟਾਰ ਰਹੇ ਹੋ, ਇੱਕ ਲੈਵਲ 'ਤੇ ਰਹੇ ਹੋ ਤਾਂ ਲੈਵਲ 'ਤੇ ਹੈਗੇ ਅੱਜ ਵੀ। ਅਤੇ ਜੇ ਅਸੀਂ ਮਨਪਸੰਦ ਗਾਇਕੀ ਦੀ ਗੱਲ ਕਰੀਏ, ਤੁਸੀਂ ਹਰ ਰੰਗ ਗਾਇਆ, ਗਜ਼ਲਾਂ ਵੀ ਗਾਈਆਂ, ਫੋਕ ਵੀ ਗਾਇਆ, ਰੋਮਾਂਟਿਕ ਵੀ ਗਾਇਆ, ਹੀਰ ਵੀ ਗਾਈ ਹੈ, ਸਾਰੇ ਗਾਏ ਨੇ ਗਾਣੇ ਜੀ, ਅਤੇ ਸਭ ਤੋਂ ਵਧੀਆ ਤੁਹਾਨੂੰ ਰੰਗ ਕਿਹੜਾ ਲੱਗਦਾ ਹੈ? ਅਸਲ ਦੇ ਵਿੱਚ ਮੈਂ ਜਦੋਂ ਸਟੇਜ 'ਤੇ ਗਾਣਾ ਹੀ ਸ਼ੁਰੂ ਕੀਤਾ ਨਾ ਕਾਲਜ ਦੀ ਸਟੇਜ 'ਤੇ, ਅਤੇ ਮੇਰੇ ਕੋਲ ਉਹ ਹੀਰ ਗਵਾਈ ਸੀ ਫੋਕ। ਅੱਛਾ ਰੰਗ, ਅਤੇ ਉਹ ਮੇਰਾ ਬੜਾ ਦਿਲ ਕਰਦਾ ਜਦੋਂ ਮੈਂ ਰਿਆਜ਼ ਵੀ ਕਰਾਂ ਅਤੇ ਤਾਂ ਵੀ ਉਹਦੇ 'ਤੇ ਬੜਾ ਮੇਰਾ ਮਨ ਕਰਦਾ ਗਾਵਾਂ। ਅਤੇ ਮੈਂ ਜ਼ਰੂਰ ਜੀ ਫਿਰ ਨੇਕੀ ਔਰ ਪੂਛ ਪੂਛ, ਸਾਡੇ ਦਰਸ਼ਕ ਵੀ ਬੜੇ ਖੁਸ਼ ਹੋਣਗੇ ਇਸ ਗੱਲ 'ਤੇ ਜ਼ਰੂਰ। ਹਾਂਜੀ ਹੀ ਰੱਖਦੀ ਜੋਗੀਆ ਝੂਠ ਬੋਲੇ, ਵਾਹ ਹੋ ਤੇ ਕੌਣ ਰੁੱਠੜੇ ਯਾਰ ਮਨਾਮ ਦਾ, ਕਿਆ ਬਾਤ ਹੈ ਵੇ ਭਲਾ ਦਸਖਾਂ ਚਿਰੀ ਵਿਛਣਿਆ ਨੂੰ, ਹਾਂ ਤੇ ਕਦੋਂ ਰੱਬ ਸੱਚਾ ਕਰੀ ਲਿਆ ਮੁਦਾਈ। ਵਾਹ ਜੀ। ਇੱਕ ਹੰਸ ਕੋ ਬਾਜ ਨੇ ਕੂੰਜ ਖੋਈ, ਤੇ ਵੇਖਾਂ ਚੁੱਪ ਹੈ ਕਿ ਗੁਰਲਾਮ ਦਾ, ਹੋ ਦੁੱਖਾਂ ਵਾਲਿਆਂ ਨੂੰ ਗੱਲਾਂ ਸੁੱਖ ਦੀਆਂ, ਤੇ ਕਿੱਸੇ ਜੋੜ ਜਹਾਨ ਸੁਨਾਮ ਦਾ, ਬਹੁਤ ਵਧੀਆ। ਫਿਰ ਇਹ ਟ੍ਰੇਨਿੰਗ ਤੁਸੀਂ ਸੰਗੀਤ ਦੀ ਸਿੱਖਿਆ ਲਈ ਕਿਤਿਓਂ, ਕਿਸੇ ਉਸਤਾਦ ਜੀ ਕੋਈ ਉਹਨਾਂ ਦਾ ਨਾਮ? ਹਾਂਜੀ, ਮੈਂ ਸਭ ਤੋਂ ਪਹਿਲਾਂ ਤਾਂ ਯੂਨੀਵਰਸਿਟੀ ਸਾਡੇ ਚਮਨ ਲਾਲ ਭੱਲਾ ਜੀ ਸਾਡੇ ਮਾਸਟਰ ਜੀ ਜੀ ਉਹ ਉੱਥੇ ਮਿਊਜ਼ਿਕ ਦੀ ਦੇ ਟੀਚਰ ਸੀ ਕਾਲਜ ਆਫ ਹੋਮ ਸਾਇੰਸ ਦੇ ਵਿੱਚ ਜੀ, ਅਤੇ ਉਹਨਾਂ ਨੇ ਮੇਰੀ ਮੈਨੂੰ ਜਦੋਂ ਸੁਣਿਆ ਫੈਸਟੀਵਲ 'ਤੇ, ਅਤੇ ਉਹਨਾਂ ਨੇ ਮੈਨੂੰ ਕਹਿਣਾ ਕਿ ਬੇਟਾ ਤੂੰ ਸਿੱਖਿਆ ਕਰ ਕੁਛ ਜੀ, ਅਤੇ ਉਹ ਮੈਨੂੰ ਉਦੋਂ ਖੇਡਣ ਦਾ ਮੇਰੇ 'ਤੇ ਭੂਤ ਸਵਾਰ ਹੁੰਦਾ ਸੀ। ਕਿਹੜੀ ਗੇਮ? ਮੈਂ ਹੈਂਡਬਾਲ ਖੇਡਦਾ ਸੀ। ਅੱਛਾ ਜੀ। ਬਾਸਕਟਬਾਲ ਹੈਂਡਬਾਲ ਜੀ, ਅਤੇ ਉਹ 5 ਵਜੇ ਕਲਾਸਾਂ ਖਤਮ ਹੁੰਦੀਆਂ ਸੀ ਅਤੇ ਕੱਪੜੇ ਚੇਂਜ ਕੀਤੇ ਅਤੇ ਚਲੋ ਜੀ ਗਰਾਊਂਡਾਂ 'ਚ ਲੈ ਜਾਣਾ ਜੀ। ਫਿਰ ਉਹਨਾਂ ਨੇ ਮੈਨੂੰ ਜਦੋਂ ਇੱਕ ਦੋ ਵਾਰੀ ਕਿਹਾ ਕਿ ਕਾਕਾ ਤੇਰੀ ਆਵਾਜ਼ ਬਹੁਤ ਅੱਛੀ ਹੈ ਤੂੰ ਆਇਆ ਕਰ, ਘਰ ਆ ਜਾਇਆ ਕਰ ਜੀ ਸ਼ਾਮ ਨੂੰ, ਅਤੇ ਮੈਂ ਉਹਨਾਂ ਕੋਲ ਜਾਣਾ ਸ਼ੁਰੂ ਕਰਤਾ, ਅਤੇ ਫਿਰ ਮੈਂ ਕਿਹਾ ਵੀ ਇੱਕ ਹੀ ਕੰਮ ਹੋਣਾ 5 ਤੋਂ 7 ਵਜੇ ਤੱਕ, ਜਾਂ ਖੇਡ ਲਈਏ ਜੇ ਗਾ ਲਈਏ, ਅਤੇ ਬਸ ਉਹ ਮੇਰਾ ਖਿਆਲ ਆਈ ਸਟੂਡੈਂਟ ਮੈਂਬਰ ਕਿ 82 ਦੀ ਗੱਲ ਹੈ, ਅਤੇ ਉਸ ਤੋਂ ਬਾਅਦ ਫਿਰ ਮੈਂ ਉੱਥੇ ਉਹਨਾਂ ਦੇ ਚਰਨਾਂ 'ਚ ਬਹਿਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਫਿਰ ਸਾਡੇ ਪ੍ਰੋਫੈਸਰ ਰਾਣਾ ਜੀ ਸੀ ਲੁਧਿਆਣੇ ਤੋਂ, ਫਿਰ ਮੈਂ ਜਲੰਧਰ ਆ ਗਿਆ, ਜਲੰਧਰ ਮਾਸਟਰ ਮੋਹਨ ਮਲਸੈਨੀ ਜੀ, ਮਾਸਟਰ ਓਮ ਪ੍ਰਕਾਸ਼ ਜੀ, ਸੋ ਵੱਖਰੇ ਵੱਖਰੇ ਕਿਸ ਤਰ੍ਹਾਂ ਗਾਣਾ, ਗਜ਼ਲ ਨੂੰ ਕਿਸ ਤਰ੍ਹਾਂ ਗਾਣਾ, ਪੰਜਾਬੀ ਨੂੰ ਕਿਸ ਤਰ੍ਹਾਂ ਗਾਣਾ, ਫੋਕ ਨੂੰ ਕਿਸ ਤਰ੍ਹਾਂ ਗਾਣਾ, ਹਿੰਦੀ ਨੂੰ ਕਿਸ ਤਰ੍ਹਾਂ ਗਾਣਾ, ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਮੈਂ ਉਹਨਾਂ ਕੋਲ ਸਿੱਖੀਆਂ ਇਸ ਤਰ੍ਹਾਂ ਵੱਖਰੇ ਵੱਖਰੇ ਜਗ੍ਹਾ 'ਤੇ। ਇਹਨਾਂ ਨਾਲ ਤੁਹਾਡਾ ਯੂਨੀਵਰਸਿਟੀ ਵੇਲੇ ਕਾਫੀ ਵਾਹ ਵਾਸਤਾ ਰਿਹਾ ਭੱਲਾ ਸਾਹਿਬ ਹੋਣਾ ਸ਼ਰਮਾ ਹੋਣਾ ਨਾ, ਇਹ ਸ਼ੁਰੂ ਤੋਂ ਵੈਸੇ ਇੱਦਾਂ ਹੀ ਆ, ਮਤਲਬ ਰੌਣਕੀ ਸ਼ੁਗਲ ਮੇਲਾ ਬਹੁਤ ਭੱਲਾ ਸਾਹਿਬ, ਤਾਂ ਮੈਨੂੰ ਪਤਾ ਬਾਲ ਮੁਕਾਲ ਸਾਹਿਬ ਥੋੜੇ, ਅਸਲ 'ਚ ਅਸੀਂ ਯੂਨੀਵਰਸਿਟੀ 'ਚ ਇਸ ਤਰ੍ਹਾਂ ਸੀ ਕਿ ਇਹਨਾਂ ਦਾ ਕਾਲਜ ਵੱਖਰਾ ਸੀ। ਅੱਛਾ। ਅਤੇ
ਮੇਰਾ ਕਾਲਜ ਵੱਖਰਾ ਸੀ, ਮੈਂ ਕਾਲਜ ਆਫ ਵੈਟਰੀ ਸਾਇੰਸ ਤੋਂ, ਇਹ ਸੀ ਕਾਲਜ ਆਫ ਐਗਰੀਕਲਚਰ। ਬਟ ਸਾਡਾ ਜਿਹੜਾ ਪ੍ਰੋਗਰਾਮ ਹੁੰਦੇ ਸੀ, ਉਹ ਅਸੀਂ ਯੂਨੀਵਰਸਿਟੀ ਜਾਣਾ, ਕਿਤੇ ਹੋਰ ਪ੍ਰੋਗਰਾਮ ਜਾਣਾ, ਅਤੇ ਅਸੀਂ ਫਿਰ ਤਕਰੀਬਨ ਇਕੱਠੇ ਹੀ ਰਿਹਰਸਲਾਂ ਕਰਨੀਆਂ, ਇਕੱਠੇ ਉੱਥੇ ਬਹਿਣਾ ਜੀ। ਤਾਂ ਸਾਨੂੰ ਇੱਦਾਂ ਲੱਗਦਾ ਨਹੀਂ ਸੀ ਅਸੀਂ ਵੱਖਰੇ ਵੱਖਰੇ ਕਾਲਜਾਂ 'ਚ। ਅੱਛਾ ਜੀ। ਅਤੇ ਉਦੋਂ ਜਸਵਿੰਦਰ ਭੱਲੇ ਵੀ ਤਾਂ ਉਸ ਤਰ੍ਹਾਂ ਸੇਮ ਹੀ ਇਸ ਤਰ੍ਹਾਂ ਗੱਲਾਂ ਵੀ ਗੱਲਾਂ ਉਦੋਂ ਵੀ, ਪਰ ਉਦੋਂ ਇਹ ਨਹੀਂ ਪਤਾ ਸੀ ਕਿ ਇਸ ਮੁਕਾਮ 'ਤੇ ਉਹ ਚਲੇ ਜਾਣਗੇ ਜੀ। ਬਟ ਇਹ ਰੂਟੀਨ ਦਾ ਇੱਕ ਕੰਮ ਸੀ। ਸ਼ੁਗਰ ਲਾਣਾ, ਜਿਸ ਬਾਲ ਮੁਕੰਦ ਵੀ ਨਾਲ ਅਸੀਂ ਵੀ ਇਕੱਠੇ ਇਹ ਗੱਲਾਂ ਚੱਲਦੀਆਂ ਹੁੰਦੀਆਂ ਜੀ। ਅਤੇ ਪਰ ਉਹ ਸਮਾਂ, ਉਹਨਾਂ ਨੇ ਬੜਾ ਸਮਾਂ ਦਿੱਤਾ ਇਸ ਲਾਈਨ ਨੂੰ ਜੀ, ਅਤੇ ਉਹ ਇੱਥੇ ਚਲੇ ਗਏ। ਵਾਹ ਜੀ ਵਾਹ। ਅਤੇ ਅੱਛਾ, ਕੈਸਟਾਂ ਫਿਰ ਕੈਸਟਾਂ ਆਈਆਂ ਸੀ ਤੁਹਾਡੀਆਂ, ਸਿੰਗਲ ਟਰੈਕ ਆਈ ਸੀ? ਹਾਂਜੀ, ਮੈਂ ਫਿਰ ਸਭ ਤੋਂ ਪਹਿਲਾਂ ਪਹਿਲੀ ਕੈਸਟ ਕਿਹੜੀ ਸੀ? ਗੋਰਾ ਚਿੱਟਾ ਮੁੱਖ HMV ਤੋਂ ਆਈ ਸੀ ਜੀ, ਬਿਲਕੁਲ। ਅਤੇ ਬਾਬੂ ਸਿੰਘ ਮਾਨ ਜੀ ਨੇ, ਉਹਨਾਂ ਨੇ ਮੇਰੇ ਗੀਤ ਲਿਖੇ ਸੀ, ਜੈਦੇਵ ਦਾ ਮਿਊਜ਼ਿਕ ਸੀ, ਅਤੇ ਉੱਥੇ ਫਿਲਮ ਫਾਰਮੈਟ ਅਤੇ ਸਾਰਾ ਅੱਛਾ ਸੀ, ਮਤਲਬ ਵਧੀਆ ਸੀ ਉਹਦਾ ਜੀ। HMV ਨੇ ਕਾਫੀ ਮਿਹਨਤ ਕੀਤੀ। ਉਸ ਤੋਂ ਬਾਅਦ ਫਿਰ ਇੱਕ ਮੇਰੀ ਆਈ ਸੀ ਪਿਆਲਾ ਇਸ਼ਕ ਦਾ। ਹਾਂ, ਇੱਕ ਮੈਸੇਜ ਥੋੜ੍ਹੀ ਜਿਹੀ ਗੁਸਤਾਖੀ ਕਰ ਰਿਹਾ, ਉਸ ਤੋਂ ਪਹਿਲਾਂ ਇੱਕ ਕੈਸਟ ਮੇਰੀ ਕੱਢੀ ਪਿਆਲਾ ਇਸ਼ਕ ਦਾ ਜੀ, ਪ੍ਰੋਫੈਸਰ ਮੋਹਨ ਸਿੰਘ ਹੋਣਾ ਦੇ ਗੀਤਾਂ ਦੀ ਜੀ। ਅਤੇ ਜਸਵਾਲ ਸਾਹਿਬ ਨੂੰ ਮੈਂ, ਮੇਰੀ ਮੁਲਾਕਾਤ ਹੋਈ, ਉਹ ਕਹਿੰਦੇ ਵੀ ਕਾਕਾ ਤੇਰੀ ਨਾ ਤੂੰ ਗਾਣੇ ਤਿਆਰ ਕਰ 2 ਦਿਨਾਂ ਦੇ ਵਿੱਚ। ਅੱਛਾ ਹੈ ਜੀ, 2 ਦਿਨਾਂ 'ਚ ਕਿੱਦਾਂ ਕੈਸਟ ਬਣ ਜਾਏਗਾ? ਆਹ ਕਿਤਾਬਾਂ, ਮੈਨੂੰ 4 ਕਿਤਾਬਾਂ ਫੜਾਤੀਆਂ, ਇਹਦੇ 'ਚੋਂ ਗਾਣੇ ਕੱਢੋ ਅਤੇ ਆਪਾਂ ਕੱਲ੍ਹ ਨੂੰ ਰਿਕਾਰਡਿੰਗ ਕਰਨੀ ਹੈ। 1 ਦਿਨ ਦਿੱਤਾ ਮੈਨੂੰ ਜੀ, ਅਤੇ ਫਿਰ ਅਸੀਂ 2 ਦਿਨਾਂ ਦੇ ਵਿੱਚ ਅਸੀਂ ਇਹ ਰਿਕਾਰਡਿੰਗ ਕਰਕੇ ਇੱਕ ਪਿਆਲਾ ਇਸ਼ਕ ਦੇ ਇਸ਼ਕ ਦਾ, ਉਦੋਂ ਕੈਸਟ ਸੀ, ਉਦੋਂ CD ਨਹੀਂ ਹੁੰਦੀ ਸੀ। ਇਹ ਪ੍ਰੋਫੈਸਰ ਮੋਹਨ ਸਿੰਘ ਹੋਣਾ ਦੇ ਜਿਹੜੇ ਗੀਤਾਂ ਦੀ ਗੱਲ, ਸਾਰੇ ਪ੍ਰੋਫੈਸਰ ਮੋਹਨ ਸਿੰਘ ਹੋਣਾ ਦੇ ਗੀਤ। ਦੇਖੋ ਜੀ, ਇਹ ਮੇਰੀ ਤਾਂ ਬਹੁਤ ਪਸੰਦ ਨੇ, ਸਾਡੇ ਦਰਸ਼ਕ ਜਿਹੜੇ ਨੇ ਉਹ ਬਹੁਤ ਪਸੰਦ ਕਰਦੇ ਨੇ ਇਹੋ ਜਿਹਾ ਸਾਹਿਤ ਜਿਹੜਾ ਹੈਗਾ। ਹਾਂਜੀ। ਅਤੇ ਉਹਦੀਆਂ ਮੈਂ ਤੁਹਾਨੂੰ 1-2 ਲਾਈਨ ਆਪਾਂ ਬ੍ਰੇਕ ਤੋਂ ਬਾਅਦ ਸੁਣਾਂਗੇ ਜੀ ਆਪਾਂ ਨੂੰ ਇਹਦੇ 'ਚ ਹੁਣ, ਕਿਉਂਕਿ ਬ੍ਰੇਕ ਜਿਹੜੀ ਬਹੁਤ ਜ਼ਰੂਰੀ ਹੈ ਜੀ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਸਾਡੇ ਦਰਸ਼ਕਾਂ ਨੂੰ ਇੱਕ ਜਾਣਕਾਰੀ ਜਿਹੜੀ ਅਨਾਊਂਸਮੈਂਟ ਕੱਲ੍ਹ ਵੀ ਕੀਤੀ ਸੀ, ਅੱਜ ਵੀ ਕਰਦਾ ਅਤੇ ਕੱਲ੍ਹ ਨੂੰ ਵੀ ਕਰੂੰਗਾ ਕਿ ਫਰੈਜ਼ਨੋ ਦੇ ਵਿੱਚ ਗ੍ਰੈਂਡ ਓਪਨਿੰਗ ਇੰਡੀਅਨ ਮਾਰਕੀਟ ਦੀ ਹੋ ਰਹੀ ਹੈ 12 ਅਕਤੂਬਰ ਦਿਨ ਸ਼ਨੀਵਾਰ ਨੂੰ। ਇੰਡੀਅਨ ਮਾਰਕੀਟ ਜਿਹੜੀ ਹੈਗੀ ਹੈ, ਸੋਹਣ ਸਿੰਘ ਹੁਣੀ ਉੱਥੇ ਹੈਗੇ ਨੇ ਔਰ ਉਹਨਾਂ ਦੀ ਜਿਹੜੀ ਓਪਨਿੰਗ ਵੈਸੇ ਚੱਲ ਰਿਹਾ ਗਰੋਸਰੀ ਸਟੋਰ, ਹੁਣ ਵੀ 12 ਨੂੰ ਉਹਨਾਂ ਨੇ ਓਪਨਿੰਗ ਉਹਦੀ ਰੱਖੀ ਆ। ਅਤੇ ਅਸੀਂ ਉੱਥੇ ਪਹੁੰਚਾਂਗੇ, ਸਾਡੀ ਟੀਮ ਸਾਰੀ ਉੱਥੇ ਹੋਏਗੀ ਔਰ ਉੱਥੋਂ ਲਾਈਵ ਪ੍ਰੋਗਰਾਮ ਬਿੱਕਰ ਬਾਦਸ਼ਾਹ ਜਿਹੜਾ ਪੁਲਿਸ ਵਾਲਾ ਹੈਗਾ ਉਹ ਉੱਥੋਂ ਲਾਈਵ ਪ੍ਰੋਗਰਾਮ ਕਰਾਂਗੇ। ਵਧੀਆ ਸ਼ੁਗਲ, ਮੇਲਾ, ਫਨ, ਮਸਤੀ ਉੱਥੇ ਸਾਰਾ ਹੋਏਗਾ। ਸੋ 2811 ਵੈਸਟ ਕਲਿੰਟਨ ਐਵੀਨਿਊ 'ਤੇ ਫਰਿਜਨੋ ਦੇ ਵਿੱਚ ਇਹ ਹੈ ਜਿਹੜਾ ਸਟੋਰ ਹੈ ਇੰਡੀਅਨ ਮਾਰਕੀਟ, ਅਤੇ ਉੱਥੇ ਤੁਸੀਂ ਸਾਰੇ ਜਣੇ ਪਹੁੰਚੋ 12 ਅਕਤੂਬਰ ਨੂੰ 11 ਵਜੇ ਅਸੀਂ ਪਹੁੰਚ ਜਾਣਾ ਅਤੇ 1 ਵਜੇ ਤੋਂ ਆਪਾਂ ਲਾਈਵ ਪ੍ਰੋਗਰਾਮ ਫਿਰ ਉੱਥੇ ਕਰਨਾ ਤੁਹਾਡੇ ਰੂਬਰੂ ਪੂਰੀ ਦੁਨੀਆ ਦੇ ਵਿੱਚ। ਸੋ ਮਿਲਦੇ ਹਾਂ ਜੀ ਸ਼ਨੀਵਾਰ ਨੂੰ 12 ਅਕਤੂਬਰ ਨੂੰ ਇੰਡੀਅਨ ਮਾਰਕੀਟ ਦੇ ਵਿੱਚ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ। ਅਤੇ ਡਾਕਟਰ ਸਾਹਿਬ, ਪਹਿਲਾਂ ਕਾਲਾਂ ਵਾਲੇ ਪਾਸੇ ਹੋਈਏ ਕਿ ਆਪਾਂ ਪਹਿਲਾਂ, ਮੇਰੇ ਖਿਆਲ ਪ੍ਰੋਫੈਸਰ ਮੋਹਨ ਸਿੰਘ ਦੀ ਗੱਲ ਚੱਲਦੀ ਸੀ, ਉੱਧਰ ਕਰਦੇ ਹਾਂ। ਮੈਂ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਦੱਸ ਦੇਵਾਂ ਕਿ ਹੁਣ ਕਾਲਾਂ ਅਸੀਂ ਲੈਣੀਆਂ ਸ਼ੁਰੂ ਕਰ ਲਵਾਂ, ਕਾਲਾਂ ਵੈਸੇ ਤੁਹਾਡੀਆਂ ਆਈਆਂ ਹੋਈਆਂ, ਜ਼ਰੂਰ ਤੁਹਾਡੀ ਗੱਲਬਾਤ ਜਿਹੜੀ ਹੈ ਉਹ ਕਰਾਂਗੇ। ਤੁਹਾਡੇ ਕੋਲ ਵੀ ਤੁਸੀਂ ਕੁਝ ਸੁਣਨਾ ਚਾਹੁੰਦੇ, ਦੂਰਦਰਸ਼ਨ ਦੀ ਗੱਲ ਕਰਨੀ ਚਾਹੁੰਦੇ ਕਰ ਸਕਦੇ ਹੋ। ਹਾਂਜੀ ਡਾਕਟਰ ਸਾਹਿਬ, ਆਪਣਾ ਜਿਹੜਾ ਪ੍ਰੋਫੈਸਰ ਮੋਹਨ ਸਿੰਘ ਦਾ ਕੋਈ ਵੀ ਕਲਾਮ ਦੋ ਲੈਣਾ। ਹਾਂਜੀ। ਆਏ ਨੈਣਾ ਦੇਵਣ ਜਾਰੇ, ਆਏ ਨੈਣਾ ਦੇਵਣ ਜਾਰੇ, ਇੱਕ ਹੱਥ ਲੈਂਦੇ ਇੱਕ ਹੱਥ ਦੇਂਦੇ ਡਾਢ ਬੇਇਤਬਾਰੇ, ਆਏ ਨੈਣਾ ਦੇਵਣ ਜਾਰੇ। ਕਿੰਨੀ ਰਵਾਨਗੀ ਹੈ ਜੀ। ਇੱਕ ਉਹਨਾਂ ਦਾ ਰੰਗ ਸੀ ਜੀ, ਸੈਡ ਰੰਗ ਮਿਲਿਆ। ਬਹੁਤੀ ਬੀਤ ਗਈ ਵਾਦਿਆਂ ਤੇ ਲਾਰਿਆਂ ਦੇ ਨਾਲ, ਬਹੁਤੀ ਬੀਤ ਗਈ ਵਾਦਿਆਂ ਤੇ ਲਾਰਿਆਂ ਦੇ ਨਾਲ, ਬਾਕੀ ਕੱਟ ਲਾਂਗੇ ਯਾਦਾਂ ਤੇ ਸਹਾਰਿਆਂ ਦੇ ਨਾਲ, ਬਹੁਤੀ ਬੀਤ ਗਈ ਵਾਦਿਆਂ ਤੇ ਲਾਰਿਆਂ ਦੇ ਨਾਲ ਜੀ। ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਵਧੀਆ, ਬੜਾ ਆਨੰਦ ਆ ਰਿਹਾ ਹੋਏਗਾ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ। ਕਾਲਾਂ ਸਿਲਸਿਲਾ ਸ਼ੁਰੂ ਕਰਦੇ ਹਾਂ। ਹੈਲੋ। ਹੈਲੋ ਜੀ। ਜੀ ਸਤਿ ਸ਼੍ਰੀ ਅਕਾਲ ਜੀ ਸੁਦਰਸ਼ਨ ਜੀ, ਮੈਂ ਤੁਹਾਡਾ ਨੰਬਰ ਦੇਖ ਕੇ ਮੈਂ ਡਾਕਟਰ ਸਾਹਿਬ ਨੂੰ ਦੱਸ ਕੇ ਹੀ ਹਟਿਆ ਸੀ। ਮੈਂ ਕਿਹਾ ਜੀ ਵੀ ਸਾਡੇ ਬਹੁਤ ਪਿਆਰੇ ਤੇ ਖਾਸ ਕਾਲਰ ਨੇ, ਬਹੁਤ ਸੀਨੀਅਰ ਪਰ ਮੈਨੂੰ ਹੀਰ ਬੜੀ ਪਸੰਦ ਹੈ ਤੇ ਮੈਂ ਇਹਨਾਂ ਦੇ ਨਾਲ 2 ਲਾਈਨਾਂ ਜ਼ਰੂਰ ਸ਼ੇਅਰ ਕਰਾਂਗੀ। ਜ਼ਰੂਰ ਜੀ, ਪਲੀਜ਼।
डोली चढ़दिया मारिया हीर चीका मैनू ले चले बाबला ले चले वे मैनू रख ले बाबला हीर आखे ते डोली तक कहार ने ले चले। बहुत बहुत अच्छा जी, बहुत अच्छा जी, बहुत मेहरबानी, बहुत अच्छा लगा जी। क्या बात है जी, देखो साढ़े कालर जिहड़े हैगे ने, और मैं सोमवार वैसे रखदा हुंदा साढ़े कालरां वास्ते सारिआं वास्ते वी अपने दिल दी गल जिहदे च कला कोई लिखण दी है, परमात्मा ने बख्शी जिवें इहनां दी आवाज़ किन्नी सोहणी है, लता मंगेशकर जी दे नाल मिलदी, हिंदी जदों गाउंदे ने ऐ मेरे वतन के लोगो वगैरह सुणाउंदे हुंदे जदों, ते बहुत वधिया परमात्मा दी बख्शी, चलो परमात्मा इसे तरह जी चढ़दी कला बनाई रखे। अपनी गल चलदी सी कैस्टां दी पहलां जी जी, ते कैस्टां दे विच किहड़ियां किहड़ियां कैस्टां हो रहियां सी कैस्टां दे? ਉਹੀ ਜਿਹੜੇ ਤੁਹਾਨੂੰ ਪਹਿਲਾ ਇਸ਼ਕ ਦਾ ਜਿਹੜਾ ਸੀ ਇਹ ਪ੍ਰੋਫੈਸਰ ਮੋਹਨ ਸਿੰਘ ਦਾ ਸੀ, ਉਸ ਤੋਂ ਬਾਅਦ ਫਿਰ ਇੱਕ ਕੈਸਟ ਆਈ ਮੇਰੀ ਐਚਵੀ ਅਤੇ ਗੋਰਾ ਚਿੱਟਾ ਮੁੱਖ, ਉਸ ਤੋਂ ਬਾਅਦ ਇੱਕ ਮੇਰੀ ਆਈ ਸੀ ਲੱਛੀ, ਉਹਦਾ ਨਾਮ ਸੀ ਲੱਛੀ, ਅਤੇ ਉਹ ਕੈਸਟ ਆਈ ਸੀ। ਸੋ ਮੈਂ ਤਿੰਨ ਕੈਸਟਾਂ ਜਿਹੜੀਆਂ ਨੇ ਉਹ ਬਾਕੀ ਟੀ ਵੀ ਅਤੇ ਰੇਡੀਓ 'ਤੇ ਇੱਥੇ ਗਾਉਂਦੇ ਰਹਿੰਦੇ ਨੇ। ਤਿੰਨ ਕੈਸਟਾਂ ਤੋਂ ਬਾਅਦ ਬ੍ਰੇਕ ਲਾਉਣ ਦਾ ਕੀ ਕਾਰਨ ਹੋਇਆ? ਉਹ ਫਿਰ ਹਥਿਆਰ ਚੁੱਕਣੇ ਮੇਰੇ ਵਾਸਤੇ ਮੁਸ਼ਕਲ ਹੋ ਗਏ ਜਦੋਂ ਮਤਲਬ ਟਾਈਮ ਚੇਂਜ ਹੋ ਗਿਆ। ਜਾਂ ਤਾਂ ਮੈਂ ਕਿਹੜੇ ਕਿਹੜੇ ਸਨ 'ਚ ਫਿਰ ਕੈਸਟ ਆਈ ਸੀ ਤੁਹਾਡੀ ਲਾਸਟ? ਇਹ ਮੇਰੀ ਲਾਸਟ ਆਈ ਸੀ ਜੀ 2004 ਦੇ ਵਿੱਚ ਆਈ ਸੀ। ਅੱਛਾ, ਉਦੋਂ ਬਾਅਦ ਹੀ ਮਾਹੌਲ ਫਿਰ ਹੋਇਆ ਦੂਜਾ? ਹਾਂ, ਅਤੇ ਉਹ ਫਿਰ ਹਥਿਆਰ ਨੇ ਉਦੋਂ ਬਾਅਦ ਹੀ ਜ਼ਮੀਨਾਂ ਵਿਕਣੀਆਂ ਸ਼ੁਰੂ ਹੋਈਆਂ। ਹਾਂ ਜੀ, ਮੈਂ ਕਿਹਾ ਵੀ ਹੁਣ ਐਵੇਂ ਰੋਟੀ 'ਤੇ ਆਪਣੀ ਕੋਲ ਰੱਖੋ। ਮਤਲਬ ਇਹ ਸੀਗੇ ਵੀ ਕਈ ਜਦੋਂ ਇੰਟਰੋਡਕਸ਼ਨ ਵੀ ਕਰਾਉਂਦੇ ਸੀ ਨਾ ਵੀ ਮਤਲਬ ਇਹ ਜੀ 2 ਕਿੱਲਿਆਂ ਵਾਲਾ ਗਾਇਕ ਆ, 4 ਕਿੱਲਿਆਂ ਵਾਲਾ, 5 ਕਿੱਲਿਆਂ ਵਾਲਾ, ਬੰਦਾ ਸੋਚਦਾ ਵੀ ਸ਼ਾਇਦ ਇਹਦੀ ਜ਼ਮੀਨ ਹੋਣੀ ਨਹੀਂ। ਉਹ ਕਹਿੰਦੇ ਜੀ ਇਹ ਵੇਚ ਕੇ ਗਾਇਕੀ ਚਲਾਏ ਨੇ, ਉਹ ਨੇ ਇਹੋ ਜਿਹੀ ਗਾਇਕੀ ਦਾ ਮਾਹੌਲ ਮਾਹੌਲ ਆ ਗਿਆ ਸੀ। ਅੱਛਾ, ਤੁਹਾਡੇ ਵੈਸੇ ਤਾਂ ਸਾਰੇ ਗੀਤ ਬਹੁਤ ਵਧੀਆ, ਕਿਉਂਕਿ ਵਧੀਆ ਇੱਕ ਮਾਹੌਲ ਤੁਹਾਡਾ ਹੈਗਾ, ਵਧੀਆ ਆਪਣਾ ਮਾਹੌਲ ਬਣਿਆ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਮੈਂ ਚਾਹਾਂਗਾ ਤੁਸੀਂ ਆਪਣੀ ਮਨਪਸੰਦ ਦਾ ਅੱਧੀ ਰਾਤੀ ਜਿਹੜਾ ਗੀਤ, ਉਹ ਬਹੁਤ ਪਿਆਰਾ, ਵੈਸੇ ਮੈਨੂੰ ਬੜਾ ਅੱਛਾ ਲੱਗਦਾ, ਸਾਰੇ ਹੀ ਗਾਣੇ ਬਹੁਤ ਪਿਆਰੇ ਨੇ। ਸੋ ਅਸੀਂ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਗਾਣੇ ਸੁਣਨ ਦੀ ਜੀ, ਪਲੀਜ਼। ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ, ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ, ਤਾਰਿਆਂ ਨੇ ਅੱਖਾਂ ਭਰੀਆਂ ਸਾਡਾ ਚੰਨ ਨੇ ਵੀ ਦਰਦ ਵੰਡਾਇਆ, ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ, ਤੇਰਾ ਦਿੱਤਾ ਹੋਇਆ ਰੇਸ਼ਮੀ ਰੁਮਾਲ ਨੀ ਸਦਾ ਭਿੱਜਦਾ ਏ ਹੰਝੂਆਂ ਦੇ ਨਾਲ ਨੀ, ਤੇਰਾ ਦਿੱਤਾ ਹੋਇਆ ਰੇਸ਼ਮੀ ਰੁਮਾਲ ਨੀ ਸਦਾ ਭਿੱਜਦਾ ਏ ਹੰਝੂਆਂ ਦੇ ਨਾਲ ਨੀ, ਬਹੁਤਿਆਂ ਪਿਆਰਾਂ ਵਾਲੀਏ ਬਹੁਤਿਆਂ ਪਿਆਰਾਂ ਵਾਲੀਏ ਨੀ ਫੱਟ ਦਿਲ 'ਤੇ ਟਿਕਾ ਕੇ ਤੁਲਾਇਆ, ਤਾਰਿਆਂ ਨੇ ਅੱਖਾਂ ਭਰੀਆਂ ਸਾਡਾ ਚੰਨ ਨੇ ਵੀ ਦਰਦ ਮੰਡਾਇਆ, ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਡਾਕਟਰ ਸਾਹਿਬ, ਵੈਸੇ ਇਹੋ ਜਿਹੇ ਪ੍ਰੋਗਰਾਮ ਕਰੀਦੇ ਨਾ ਮਜ਼ਾ ਆ ਜਾਂਦਾ। ਔਰ ਨਾਲ ਦੀ ਨਾਲ ਸਾਡੇ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਨੇ ਉਹਨਾਂ ਦਾ ਵੀ ਟੇਸਟ ਇਹ ਹੈ। ਅੱਛਾ, ਉਹਨਾਂ ਦਾ ਵੀ ਟੇਸਟ ਇਹ ਹੀ ਹੈ, ਪੁਰਾਣੀ ਗਾਇਕੀ ਕੋਈ ਪੇਸ਼ ਕਰਦੇ ਹਾਂ, ਪੁਰਾਣੇ ਕਲਾਕਾਰਾਂ ਦੇ ਗਾਣੇ ਪੇਸ਼ ਕਰਦੇ ਜਦੋਂ, ਜਾਂ ਕੋਈ ਗੱਲਬਾਤ ਕਰਦੇ ਹਾਂ, ਤਾਂ ਸਾਡੇ ਘਰਾਂ ਵਿੱਚ ਬੈਠੇ ਦਰਸ਼ਕ ਬਹੁਤ ਪਸੰਦ ਕਰ ਰਹੇ ਹੋ, ਅੱਜ ਦਾ ਵੀ ਪ੍ਰੋਗਰਾਮ ਜਿਹੜਾ ਪੂਰਾ ਆਨੰਦ ਲੈ ਰਹੇ ਹੋਣਗੇ ਘਰਾਂ ਵਿੱਚ ਬੈਠੇ ਦਰਸ਼ਕ। ਸੋ ਬ੍ਰੇਕ ਤੋਂ ਬਾਅਦ ਫਿਰ ਕਾਲ ਕਰਕੇ ਆਪਾਂ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਜਿਹੜਾ ਇਸ ਤਰ੍ਹਾਂ ਜਾਰੀ ਰੱਖਾਂਗੇ। ਤੁਸੀਂ ਵੀ ਕੁਛ ਗੱਲਬਾਤ ਕਰਨੀ ਚਾਹੁੰਦੇ ਹੋ, ਡਾਕਟਰ ਸੁਖਨੈਣ ਸਿੰਘ ਸਾਡੇ ਸਟੂਡੀਓ ਦੇ ਵਿੱਚ ਹੈਗੇ ਨੇ, ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਨਾਲ ਦੀ ਨਾਲ ਕੋਈ ਦੂਰਦਰਸ਼ਨ ਦੀ ਮੈਂ ਜਿਵੇਂ ਗੱਲ ਕੀਤੀ, ਦੂਰਦਰਸ਼ਨ ਦੀ ਗੱਲ ਵੀ ਆਪਾਂ ਕਰ ਸਕਦੇ ਹਾਂ। ਕਾਲਾਂ ਜਿਹੜੀਆਂ ਹੁਣ ਬ੍ਰੇਕ ਤੋਂ ਬਾਅਦ ਦੇਣੀਆਂ ਸ਼ੁਰੂ ਕਰਾਂਗੇ, ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ ਜੀ। ਹਾਜ਼ਰ ਹੈ ਬ੍ਰੇਕ ਤੋਂ ਬਾਅਦ, ਅਤੇ ਡਾਕਟਰ ਸੁਖਨੈਣ ਸਿੰਘ ਸਾਡੇ ਸਟੂਡੀਓ 'ਚ ਹੈਗੇ ਨੇ, ਕਰਦੇ ਇਹਨਾਂ ਨਾਲ ਗੱਲਬਾਤ। ਡਾਕਟਰ ਸਾਹਿਬ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਹੈ, ਨਾਲ ਨਾਲ ਮੇਰੇ ਖਿਆਲ ਕਾਲਾਂ ਲੈ ਲਈਏ, ਸਾਡੇ ਦਰਸ਼ਕ ਜਿਹੜੇ ਨਾਰਾਜ਼ ਨਾ ਹੋ ਜਾਣ। ਹੈਲੋ 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 ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ? ਹਾਂਜੀ ਹਾਂਜੀ, ਟੀਵੀ ਦੀ ਆਵਾਜ਼ ਘੱਟ ਕਰੋ, ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ ਜੀ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਨਾਲ ਨੇ ਜੀ ਬੈਠੇ, ਮੈਂ ਨਰਿੰਦਰ ਮਾਵੀ ਜੀ। ਉਹ ਨਰਿੰਦਰ ਮਾਵੀ,
ਅੱਛਾ ਅੱਛਾ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਬਸ ਵਧੀਆ, ਤੁਸੀਂ ਉਦਾਂ ਨਹੀਂ ਕਾਲ ਕਰਦੇ, ਦੇਖੋ ਭਾਈ ਡਾਕਟਰ ਸਾਹਿਬ ਆਏ ਕਰਕੇ ਤੁਸੀਂ ਕਾਲ ਕੀਤੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਸੀਤਾ ਜੀ ਨੂੰ ਯਾਦ ਕੀਤਾ ਅੱਜ। ਵਾਹ ਜੀ ਵਾਹ। ਰਹਿੰਦੇ ਕਿੱਥੇ ਹੋ? ਰਹਿੰਦੇ ਕਿੱਥੇ ਹੋ, ਕਿੱਥੇ ਰਹੇ ਛ? ਅਸੀਂ ਉਹਨੂੰ, ਮੈਂ ਰਹਿੰਦੀ ਹਾਂ ਜੀ ਮੈਰੀਲੈਂਡ। ਮੈਰੀਲੈਂਡ? ਅੱਛਾ, ਮੈਰੀਲੈਂਡ। ਅੱਛਾ ਅੱਛਾ, ਹਾਂਜੀ ਹਾਂਜੀ ਹਾਂਜੀ। ਫੇਰ ਤਾਂ ਤੁਹਾਡੇ ਕੋਲ ਵੀ ਦੋ ਲਾਈਨਾਂ ਸੁਣਨੀਆਂ ਬਣਦੀਆਂ ਕਿਸੇ ਤੇ, ਕਿਸੇ ਵੀ ਗਾਣੇ ਦੀ। ਜਰੂਰ ਜਰੂਰ, ਹਾਂਜੀ ਹਾਂਜੀ, ਜਰੂਰ ਸੁਣਾਵਾਂਗੇ। ਪਹਿਲਾਂ ਡਾਕਟਰ ਸਾਹਿਬ ਸੁਣ ਕੇ ਜੀ ਕਰੋ ਗੱਲ ਡਾਕਟਰ ਸਾਹਿਬ ਨਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨਰਿੰਦਰ ਜੀ, ਕੀ ਹਾਲ ਚਾਲ ਨੇ? ਬਸ ਵਧੀਆ ਜੀ, ਤੁਸੀਂ ਪਤਾ ਨਹੀਂ ਪਛਾਣਦੇ ਹੋਣੇ ਸਾਨੂੰ, ਪਰ ਤੁਹਾਡੀ ਗਾਇਕੀ ਮੈਂ ਚੰਗੀ ਤਰ੍ਹਾਂ ਪਛਾਣਦਾ ਤੁਹਾਨੂੰ। ਨਹੀਂ, ਸਾਰਾ ਗਰੁੱਪ ਉਦੋਂ ਇਕੱਠਾ ਹੀ ਤਕਰੀਬਨ ਹੁੰਦਾ ਸੀ, ਜਸਵਾਲ ਸਾਹਿਬ ਕੋਲੇ ਸਾਰੇ ਜਾਂਦੇ ਹੁੰਦੇ ਸੀ। ਤੁਸੀਂ ਹਾਂਜੀ ਹਾਂਜੀ, ਜਸਵਾਲ ਸਾਹਿਬ ਆਪਣੇ ਪਰਗਟ ਸਿੰਘ ਗਰੇਵਾਲ ਜੀ, ਸਾਰੇ ਤੁਸੀਂ ਉੱਥੇ ਆਉਂਦੇ ਹੁੰਦੇ ਜੀ, ਤੇ ਗਰੇਵਾਲ ਜੀ ਇੱਥੇ ਆ ਕੇ ਪਤਾ ਲੱਗਾ ਤੁਸੀਂ ਇੱਥੇ ਆ ਕੇ, ਤੁਹਾਡੀ ਆਵਾਜ਼ ਤੋਂ ਪਤਾ ਲੱਗਾ ਕਿ ਤੁਸੀਂ ਇੱਥੇ ਅਮਰੀਕਾ 'ਚ ਬੈਠੇ ਹੋ। ਪ੍ਰੋਫੈਸਰ ਮੋਹਨ ਸਿੰਘ ਮੇਲੇ 'ਚ ਬਹੁਤ ਆਪਾਂ ਪਾਰਟਿਸਿਪੇਟ ਕੀਤਾ, ਮੈਂ ਵੀ, ਮੈਨੂੰ ਵੀ ਮੌਕਾ ਮਿਲਿਆ। ਹਾਂਜੀ ਹਾਂਜੀ ਬਿਲਕੁਲ, ਹਾਂਜੀ। ਤੇ ਹਾਂਜੀ, ਮੈਂ ਵੀ ਦੋ ਲਾਈਨਾਂ ਸੁਣਾਓ ਕੋਈ ਆਪਾਂ ਫਿਰ। ਠੀਕ ਹੈ ਜੀ ਜੀ। ਬੀਬਾ ਜੀ ਨੇ ਮੈਨੂੰ ਇੱਕ ਗਾਣਾ ਯਾਦ ਆ ਜੀ, ਪਾਸੇ ਹਟ ਜਾ ਜਾਲਮਾ ਪੰਜਾਬ ਜੱਟ ਚਾਈ। ਕੀ ਬਾਤ ਹੈ ਜੀ। ਹਾਂਜੀ ਜੀ। ਦੁੱਧ ਮੱਖਣਾ ਨਾਲ ਭਲੀ ਜਵਾਨੀ ਖਾਂਦੀ ਨਿੱਤ, ਦੁੱਧ ਮੱਖਣਾ ਨਾਲ ਭਲੀ ਜਵਾਨੀ ਖਾਂਦੀ ਨਿੱਤ ਮਲਾਈ, ਪਾਸੇ ਹਟ ਜਾ ਜਾਲਮਾ ਪੰਜਾਬ ਜੱਟ ਚਾਈ, ਪਾਸੇ ਹਟ ਜਾ ਜਾਲਮਾ ਪੰਜਾਬ ਜੱਟ ਆਈ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਪਤਾ ਲੱਗਦਾ ਹੈ ਗਾਇਕੀ ਦਾ। ਚਲੋ ਮਿਹਰਬਾਨੀ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ, ਪਤਾ ਲੱਗ ਜਾ ਜੀ ਪੁਰਾਣੀ ਗਾਇਕੀ ਦਾ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਕਾਲ ਤੁਹਾਡੀ ਲੱਗ ਗਈ ਲਾਈਵ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕਾਲ ਤੁਹਾਡੀ ਲਾਈਵ ਲੱਗ ਗਈ ਹੈ 510 ਏਰੀਆ ਕੋਡ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਹਾਂਜੀ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ, ਤੁਹਾਡੇ ਨਾਲ ਬੈਠੇ ਨੇ ਤੇ ਸਭ ਤੋਂ ਪਹਿਲਾਂ ਉਹਨਾਂ ਦੀ ਆਵਾਜ਼। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੇ ਆਵਾਜ਼ ਤੁਹਾਡੀ ਬਹੁਤ ਸੋਹਣੀ ਆ, ਗਾਉਂਦੇ ਤੁਸੀਂ ਬਹੁਤ ਸੋਹਣਾ। ਮਿਹਰਬਾਨੀ ਜੀ, ਮਿਹਰਬਾਨੀ। ਹਾਂਜੀ ਤੇ ਵੀਰ ਜੀ ਮੈਂ, ਹਾਂਜੀ ਜੀ ਤੁਸੀਂ ਬੋਲੋ। ਹਾਂਜੀ ਮੈਂ ਵੀਰ ਜੀ, ਹੁਣ ਆਪਣਾ ਸਭ ਤੋਂ ਪਹਿਲਾਂ ਤੁਹਾਨੂੰ ਦੁਸਹਿਰੇ ਦੀਆਂ ਮੁਬਾਰਕਾਂ ਦੋਨੋਂ ਵੀਰ ਜੀ, ਉਹਨਾਂ ਨੂੰ ਬਾਕੀ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਦੁਸਹਿਰੇ ਦੀਆਂ। ਤੇ ਮੈਂ ਹੁਣ ਦੁਸਹਿਰਾ ਨਿਕਲਿਆ ਤੇ ਦੁਸਹਿਰੇ ਦੇ ਨਾਲ ਥੋੜਾ ਜਿਹਾ ਆਪਣੇ ਪਿੰਡਾਂ 'ਚ ਹੁੰਦੀਆਂ ਸੀ ਸਾਂਝੀਆਂ ਦੇ ਨਾਲ ਸੰਬੰਧਿਤ ਦੋ ਚਾਰ ਗੱਲਾਂ ਤੁਹਾਨੂੰ ਦੱਸਣੀਆਂ ਚਾਹੁੰਦੀ ਸੀਗੀ ਜੀ। ਸਾਂਝੀ ਦਾ, ਸਾਂਝੀ ਮੈਂ ਅੱਜ ਰੱਖਣਾ ਸੀ। ਅੱਛਾ ਭੈਣ ਜੀ, ਹੁਣ ਮੈਂ ਪਛਾਣਿਆ ਤੁਹਾਨੂੰ। ਸਾਂਝੀ ਦਾ ਆਪਾਂ ਨਾ ਜੀ ਕੱਲ ਪੂਰਾ ਪ੍ਰੋਗਰਾਮ ਰੱਖਾਂਗੇ, ਮੈਂ ਅੱਜ ਇੱਕ ਵੀਡੀਓ ਵੀ ਕੱਢੀ ਸੀ ਤੇ ਕੱਲ ਰੱਖਾਂਗੇ ਤੁਸੀਂ, ਤੇ ਅੱਜ ਤੁਹਾਡੀ ਬਹੁਤ ਮਿਹਰਬਾਨੀ ਕਾਲ ਕਰਨ ਲਈ। ਹਾਂਜੀ ਠੀਕ ਹੈ, ਹਾਂ ਕੱਲ ਨੂੰ ਅਸੀਂ ਮੈਂ ਸਾਂਝੀ ਮਾਤਾ ਦੀ ਜਿਹੜੀ ਗੱਲਬਾਤ ਤੁਸੀਂ ਕਰ ਰਹੇ ਹੋ, ਸ਼ਾਇਦ ਤੁਹਾਨੂੰ ਪਤਾ ਹੋਏਗਾ ਮਾਲਵੇ ਦਾ ਉਹ ਵਿਸ਼ਵਾਸ ਹੈਗਾ ਲੋਕ ਵਿਸ਼ਵਾਸ। ਮਿਹਰਬਾਨੀ ਭੈਣ ਜੀ, ਬਹੁਤ ਮਿਹਰਬਾਨੀ, ਕੱਲ ਕਰ ਦਿੰਦੀ ਗੱਲਬਾਤ। ਓਕੇ ਥੈਂਕ ਯੂ, ਬਹੁਤ ਮਿਹਰਬਾਨੀ ਜੀ। ਆਪਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਡਾਕਟਰ ਸਾਹਿਬ, ਕੀ ਦੋ ਲਾਈਨਾਂ ਕਿਹੜੇ ਗੀਤ ਦੀਆਂ ਸੁਣਨੀਆਂ ਪਸੰਦ ਕਰਦੇ ਹੋ? ਮੇਰੀ ਕੈਸਟ ਦੇ ਵਿੱਚੋਂ ਗੀਤ ਸੀ ਜੀ, ਨਾ ਦੋ ਪਲ ਇਕੱਠਿਆਂ ਬਹਿ ਹੋਇਆ, ਦੁੱਖ ਸੁਣ ਹੋਇਆ ਨਾ ਕਹਿ ਹੋਇਆ, ਨਾ ਦੋ ਪਲ ਇਕੱਠਿਆਂ ਬਹਿ ਹੋਇਆ, ਦੁੱਖ ਸੁਣ ਹੋਇਆ ਨਾ ਕਹਿ ਹੋਇਆ, ਸਭ ਦਿਲ ਦੀਆਂ ਦਿਲ ਵਿੱਚ ਲੈ ਕੇ ਹੀ ਤੁਰ ਚੱਲੇ ਹਾਂ, ਅਸੀਂ ਤੇਰੇ ਬਾਜ ਵੀ ਕੱਲੇ ਸੀ, ਅਸੀਂ ਤੇਰੇ ਨਾਲ ਵੀ ਕੱਲੇ, ਅਸੀਂ ਤੇਰੇ ਬਿਨ ਵੀ ਕੱਲੇ ਸੀ, ਅਸੀਂ ਤੇਰੇ ਨਾਲ ਵੀ ਕੱਲੇ ਹਾਂ। ਵਾਹ ਜੀ ਵਾਹ, ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਵਧੀਆ ਜਿਹੜੀ ਗੱਲਬਾਤ ਚੱਲ ਰਹੀ ਹੈ। ਔਰ ਟਾਈਮ ਦੀ ਇਹ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਵੀ ਟਾਈਮ ਦਾ ਪਤਾ ਨਹੀਂ ਲੱਗਦਾ ਵੀ ਕਿਹੜੇ ਵੇਲੇ ਟਾਈਮ ਨਿਕਲ ਗਿਆ, ਕਿਉਂਕਿ ਬ੍ਰੇਕਾਂ ਦੀ ਸਾਡੀ ਮਜਬੂਰੀ ਹੁੰਦੀ ਹੈ, ਕਿਉਂਕਿ ਜਿਹੜੇ ਲੋਕ ਪੈਸੇ ਦਿੰਦੇ ਨੇ ਉਹਨਾਂ ਦੀ ਫਿਰ ਸਪੈਸ਼ਲ ਇਹ ਖੁਆਇਸ਼ ਹੁੰਦੀ ਹੈ, ਜਾਂ ਉਹ ਐਗਰੀਮੈਂਟ ਜਿਹੜਾ ਅਸੀਂ ਕੰਟਰੈਕਟ ਕਰਦੇ ਹਾਂ ਉਹਨਾਂ ਵੀ, ਸਾਡੀਆਂ ਜਿਹੜੀਆਂ ਐਡਾਂ ਇਸ ਇਸ ਪ੍ਰੋਗਰਾਮ ਦੇ ਵਿੱਚ ਚੱਲਣੀਆਂ ਚਾਹੀਦੀਆਂ। ਬਿਲਕੁਲ, ਸੋ ਤਾਂ ਹੀ ਚੱਲਣਗੀਆਂ ਜੇ ਬ੍ਰੇਕ ਲਵਾਂਗੇ। ਸੋ ਇੱਕ ਬ੍ਰੇਕ ਲੈਂਦੇ ਜੀ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ ਡਾਕਟਰ ਸੁਖਨੈਣ ਜੀ ਨਾਲ, ਅਤੇ ਨਾਲ ਨਾਲ ਤੁਹਾਡੀਆਂ ਕਾਲਾਂ ਵੀ ਲਵਾਂਗੇ, ਦੇਖਦੇ ਰਹੋ ਜਸ ਪੰਜਾਬੀ। ਜੀ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ, ਅਤੇ ਫਟਾਫਟ ਗੱਲਾਂ ਬਾਤਾਂ ਕਰਦੇ ਡਾਕਟਰ ਸਾਹਿਬ ਨਾਲ, ਸਮਾਂ ਬਹੁਤ ਥੋੜ੍ਹਾ,
ਅਤੇ ਨਾਲ ਦੀ ਨਾਲ ਤੁਹਾਡੀਆਂ ਕਾਲਾਂ ਲੈਣ ਦੀ ਵੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ, ਕੀ ਆਉਣ ਵਾਲੀ ਕੀ ਪਲੈਨਿੰਗਸ ਹੈਗੀਆਂ ਹੁਣ ਅਗਾਂਹ? ਦੁਬਾਰਾ ਗਾਣੇ ਵਗੈਰਾ ਵਾਲੇ ਪਾਸੇ ਆ ਰਹੇ ਹੋ? ਕੈਸਟ ਦਾ ਚਲੋ ਅੱਜ ਕੱਲ੍ਹ ਯੁੱਗ ਖਤਮ ਹੋ ਗਿਆ, ਸਿੰਗਲ ਟਰੈਕ ਦੀ ਗੱਲ ਕਰੀਏ ਜਾਂ ਕੋਈ ਹੋਰ ਫਿਲਮਾਂ ਦੀ ਗੱਲ ਕਰੀਏ, ਫਿਲਮਾਂ ਦਾ ਬੜਾ ਵਧੀਆ ਮਾਹੌਲ ਹੈ, ਤਾਂ ਕੀ ਅੱਜ ਕੱਲ੍ਹ? ਮੈਂ ਦੇਖੋ ਸਮੇਂ ਦੇ ਨਾਲ ਮੈਂ ਬਦਲ ਤਾਂ ਨਹੀਂ ਸਕਿਆ, ਬਟ ਇਹ ਹੈ ਵੀ ਕਿ ਜੋ ਇੱਕ ਕੁਛ ਲੋਕਾਂ ਨੂੰ ਜੋ ਅੱਛਾ ਗਾਇਕੀ ਚਾਹੀਦੀ ਸੁਣ ਲਈ, ਮੈਂ ਉਹ ਸ਼ਾਇਦ ਜਲਦੀ ਹੀ ਅਗਲੀ ਫੀਰੀ 'ਚ ਤੁਹਾਡੇ ਕੋਲ ਇੱਥੇ ਲੈ ਕੇ ਆਵਾਂਗਾ। ਵਾਹ ਜੀ ਵਾਹ। ਅਤੇ ਉਹ ਜ਼ਰੂਰ ਮੈਂ, ਕਿਉਂਕਿ ਜਿਹੜੇ ਇੱਕ ਕਲਾਕਾਰ ਹੈ ਜਿਹੜਾ ਉਹ ਵੈਸੇ ਲੋਕਾਂ ਦੀ ਅਮਾਨਤ ਹੁੰਦਾ ਮੇਰੇ ਹਿਸਾਬ ਨਾਲ, ਅਤੇ ਮੈਂ ਜਿੰਨੇ ਚਿਰ ਗਾ ਸਕਾਂਗਾ ਅਤੇ ਅੱਛੀ ਗਾਇਕੀ ਗਾਵਾਂਗਾ, ਔਰ ਆਪਣੇ ਸਰੋਤਿਆਂ ਨੂੰ ਮੈਂ ਜ਼ਰੂਰ ਉਹਦੀ ਝੋਲੀ 'ਚ ਕੋਈ ਨਵੀਂ ਚੀਜ਼ ਨੈਕਸਟ ਵੀਅਰ ਲੈ ਕੇ ਆਵਾਂਗਾ। ਜਿਹੜੀ ਨੈਕਸਟ ਵਾਰੀ ਲੈ ਕੇ ਆਉਣੀ ਹੈ ਹੁਣ ਥੋੜ੍ਹੀ ਬਹੁਤ ਹੈਗੀ ਕੋਲੇ ਜਾਂ ਬਾਅਦ 'ਚ ਹੀ ਲਿਆਉਣੀ ਹੈ? ਨਹੀਂ, ਉਦੋਂ ਦੱਸਾਂਗੇ ਤੁਹਾਨੂੰ। ਠੀਕ ਠੀਕ ਹੈ। ਫਿਰ ਕੋਈ ਵੀ ਤੁਹਾਡੀ ਮਨਪਸੰਦ ਦਾ ਗੀਤ ਜਿਹੜਾ ਹੋਰ ਜ਼ਰੂਰ ਸਾਂਝਾ ਕਰੋ ਸਾਡੇ ਦਰਸ਼ਕਾਂ ਨਾਲ। ਬਿਲਕੁਲ, ਮੁੱਖੜਾ ਮੈਂ ਤੁਹਾਨੂੰ ਸੁਣਾਉਣਾ, ਬੜਾ ਅੱਛਾ ਲੱਗਾ ਮੈਨੂੰ। ਜਦ ਬੰਦੇ ਨੂੰ ਘਰ ਛੱਡ ਕੇ ਪਰਦੇਸੀ ਹੋਣਾ ਪੈ ਜਾਂਦਾ ਹੈ, ਜਦ ਬੰਦੇ ਨੂੰ ਘਰ ਛੱਡ ਕੇ ਜੀ ਪਰਦੇਸੀ ਹੋਣਾ ਪੈ ਜਾਂਦਾ ਹੈ, ਦਿਲ ਦਾ ਇੱਕ ਟੁਕੜਾ ਸੀਨੇ ਵਿੱਚ ਇੱਕ ਵਤਨਾ ਵਿੱਚ ਰਹਿ ਜਾਂਦਾ ਹੈ, ਦਿਲ ਦਾ ਇੱਕ ਟੁਕੜਾ ਸੀਨੇ ਵਿੱਚ ਇੱਕ ਵਤਨਾ ਵਿੱਚ ਰਹਿ ਜਾਂਦਾ ਹੈ, ਜਦ ਬੰਦੇ ਨੂੰ ਘਰ ਛੱਡ ਕੇ। ਵਾਹ ਜੀ ਵਾਹ। ਵੈਸੇ ਹੁਣ ਇਹ ਨਹੀਂ ਸਮਝ ਆਉਂਦੀ, ਆਪਾਂ ਗਾਣੇ ਵੀ ਇਹੋ ਜਿਹੇ ਬੜੇ ਵਧੀਆ ਹੈਗੇ ਨੇ ਜਿਹੜੇ ਕਿ ਇੱਧਰ ਬਹੁਤ ਵਧੀਆ ਲੱਗਦੇ ਨੇ ਲੋਕਾਂ ਨੂੰ ਇੱਧਰ ਆ ਕੇ, ਕਿਉਂਕਿ ਸੌਖਾ ਕੰਮ ਨਹੀਂ ਹੁੰਦਾ। ਹਾਂਜੀ ਹਾਂਜੀ। ਪਰ ਜਿਹੜੇ ਲੋਕ ਇੱਧਰ ਨੂੰ ਜ਼ਿਆਦਾ ਟਾਈਮ ਹੋ ਗਿਆ ਆਇਆਂ ਨੂੰ ਜੀ, ਮਤਲਬ ਉਹ ਐਂ ਲੱਗਦਾ ਵੀ ਜਦੋਂ ਇੱਧਰੋਂ ਕੋਈ ਜਹਾਜ਼ ਉੱਧਰ ਨੂੰ ਜਾਂਦਾ ਜੀ, ਤਾਂ ਇੱਧਰ ਕਈ ਲੋਕ ਕਹਿੰਦੇ ਲਿਆ ਵੀ ਗਿਆ ਕੋਈ ਕਰਮਾਂ ਵਾਲਾ ਵਤਨਾ ਨੂੰ ਜੀ, ਅਤੇ ਉੱਧਰੋਂ ਕੋਈ ਵੀ ਜਹਾਜ਼ ਉਹ ਲੰਘਦਾ, ਜਦੋਂ ਕੋਈ ਵੀ ਜਹਾਜ਼ ਕੋਠੇ ਉੱਪਰ ਲੰਘਦਾ ਤਾਂ ਉਦੋਂ ਸਾਰਿਆਂ ਦੇ ਮੂੰਹ ਇਹ ਲੈ ਵੀ ਕੋਈ ਕਰਮਾਂ ਵਾਲਾ ਗਿਆ ਬਲੈਰ ਨੂੰ, ਕਰਮਾਂ ਵਾਲਾ ਗਿਆ ਕੈਨੇਡਾ ਨੂੰ, ਬਿਲਕੁਲ ਹਜੋ ਇਹ ਨਹੀਂ ਪਤਾ ਵੀ ਕਰਮਾਂ ਵਾਲਾ ਹੈ ਕਿਹੜਾ ਪਾਸਾ। ਹਾਂਜੀ, ਅਤੇ ਸਾਡੇ ਇੱਧਰ ਪੰਜਾਬੀਆਂ ਦਾ ਤੁਹਾਡਾ ਵਾਹ ਵਾਸਤਾ ਪੈਂਦਾ ਰਹਿੰਦਾ, ਕੈਨੇਡਾ ਵੀ ਤੁਸੀਂ ਆਉਂਦੇ ਜਾਂਦੇ ਰਹਿੰਦੇ ਹੋ ਜੀ, ਅਤੇ ਕੀ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਨੂੰ, ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਕਿ ਪੂਰੀ ਦੁਨੀਆ ਵਿੱਚ ਪੰਜਾਬੀ ਇਸ ਸਮੇਂ ਤੁਹਾਡੀ ਆਵਾਜ਼ ਸੁਣ ਰਹੇ ਨੇ, ਤੁਹਾਨੂੰ ਦੇਖ ਰਹੇ ਨੇ? ਦੇਖੋ, ਮੈਂ ਬੜੀ ਨਾਚੀਜ਼ ਔਰ ਛੋਟੀ ਚੀਜ਼ ਹਾਂ, ਮੈਂ ਬਹੁਤ ਅੱਛੇ ਅੱਛੇ ਸਰੋਤੇ ਔਰ ਬਹੁਤ ਸਾਰੇ ਲੋਕ ਇੱਥੇ ਮੈਂ ਦੇਖੇ ਨੇ ਜਿਹੜੇ ਜੀ ਇੱਥੇ, ਔਰ ਇੱਕ ਡਿਸਿਪਲਿਨ ਤਰੀਕੇ ਨਾਲ ਰਹਿ ਰਹੇ ਨੇ। ਮੈਂ ਵੀ ਕੈਨੇਡਾ ਰਿਹਾ ਵਾਂ, ਅਤੇ ਮੈਂ ਚਾਹੁੰਦਾ ਵਾਂ ਕਿ ਜਿਸ ਤਰੀਕੇ ਨਾਲ ਆਪਣੀ ਜ਼ਿੰਦਗੀ ਇੱਥੇ ਬਸਰ ਕਰ ਰਹੇ ਨੇ, ਪਿੱਛੇ ਵੀ ਆਪਣੇ ਜਿਹੜੇ ਬੈਕ ਹੋਮ ਨੇ ਜਿਹੜੇ ਸਾਰੇ, ਉਹਨਾਂ ਨੂੰ ਵੀ ਉਹ ਸੁਨੇਹਾ ਦੇਣ ਕਿ ਅੱਛੇ ਤਰੀਕੇ ਨਾਲ ਮਿਹਨਤ ਕਰਨ, ਕਿਉਂਕਿ ਉੱਥੇ ਥੋੜ੍ਹਾ ਜਿਹਾ ਇੱਕ ਬੜੀ ਵੱਡੀ ਪ੍ਰੋਬਲਮ ਆ ਰਹੀ, ਜਿਹੜਾ ਸਾਡਾ ਯੂਥ ਹੈ ਉਹ ਮਿਹਨਤ ਕਰਕੇ ਰਾਜ਼ੀ ਨਹੀਂ। ਤੋ ਸੋ ਮੈਂ ਉੱਥੇ ਜਦੋਂ ਇੱਧਰੋਂ ਡਾਲਰ ਜਾਂਦੇ, ਮਿਹਨਤ ਕਰਨ ਦੀ ਲੋੜ ਹੀ ਨਹੀਂ ਲੋੜ ਕਿਉਂਕਿ ਸੋ ਬੈਕ ਹੋਮ ਆਪਣੇ ਰਿਸ਼ਤੇਦਾਰਾਂ ਨੂੰ ਕਹਿਣ ਕਿ ਉੱਥੇ ਵੀ ਮਿਹਨਤ ਕਰੋ ਅਤੇ ਯੂ ਆਰ ਹੈਪੀ ਹੋ, ਤੁਸੀਂ ਖੁਸ਼ ਹੋ ਉੱਥੇ। ਅਤੇ ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਬੁਲਾਇਆ। ਅੱਛਾ, ਆਪਾਂ ਤੁਸੀਂ ਪਹਿਲਾਂ ਗੁਲਾਮ ਵਾਲੀ ਸਾਹਿਬ ਦੀ ਗੱਲ ਕੀਤੀ ਸੀ, ਤੁਸੀਂ ਉਹਨਾਂ ਦੀ ਪਹਿਲੀ ਗਜ਼ਲ ਉਹਨਾਂ ਦੀ ਗਾਈ ਸੀ। ਵੈਸੇ ਪੰਜਾਬੀ ਅਗਰ ਕਲਾਕਾਰਾਂ ਦੀ ਅਸੀਂ ਗਾਇਕਾਂ ਦੀ ਗੱਲ ਕਰੀਏ ਤਾਂ ਕਿਹੜੇ ਗਾਇਕ ਤੁਹਾਨੂੰ ਜ਼ਿਆਦਾ ਪਸੰਦ ਨੇ? ਦੇਖੋ, ਜੇ ਤਾਂ ਮੈਂ ਤੁਸੀਂ ਗਾਇਕੀ ਦੀ ਗੱਲ ਕਰਦੇ ਹੋ, ਦੇਖੋ ਕੋਈ ਚੀਜ਼ ਹਿੱਟ ਹੋ ਜਾਣੀ, ਹਿੱਟ ਨਹੀਂ ਹਾਂ ਗਾਇਕੀ, ਜੇ ਤੁਸੀਂ ਗਾਇਕੀ ਦੀ ਗੱਲ ਕਰਦੇ ਹੋ ਤਾਂ ਜੇ ਮਤਲਬ ਮੈਂ ਜੋ ਮੇਰੇ ਮੈਨੂੰ ਅੱਛੀ ਲੱਗਦੀ ਪੰਜਾਬੀ 'ਚ, ਉਹ ਸਰਦੂਲ ਸਿਕੰਦਰ ਜੀ ਤੋਂ ਉੱਪਰ ਗਾਇਕ ਹੋਈ ਨਹੀਂ। ਵਾਹ ਜੀ ਵਾਹ। ਮੈਂ ਮਤਲਬ ਇਹਨੂੰ ਦਾਅਵੇ ਨਾਲ ਕਹਾਂਗਾ, ਜੋ ਸਰਦੂਲ ਸਿਕੰਦਰ ਜੀ ਗਾਉਂਦੇ ਨੇ ਰੇਂਜ ਉਹਨਾਂ ਦੀ ਬਹੁਤ, ਰੇਂਜ ਉਹ ਜਿੰਨੀ ਸਫਾਈ ਨਾਲ ਗਾਉਂਦੇ। ਕਿਸੇ ਵੀ ਉਹਨਾਂ ਦੇ ਗੀਤ ਦੀਆਂ ਦੋ ਲਾਈਨਾਂ ਸੁਣਾ ਸਕਦੇ ਹੋ ਪ੍ਰੋਗਰਾਮ ਦੇ ਅਖੀਰ ਦੇ ਵਿੱਚ? ਮੈਨੂੰ ਹੁਣ ਯਾਦ ਹੈ, ਮੈਨੂੰ ਯਾਦ ਨਹੀਂ। ਨਹੀਂ ਚਲੋ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਜੀ, ਯਾਦ ਮੈਂ ਜ਼ਰੂਰ। ਗੱਲਬਾਤ ਜਿਹੜੀ ਚੱਲ ਰਹੀ ਹੈ ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਮੈਂ, ਪਰ ਤੁਹਾਡੇ ਤੋਂ ਵਿਦਾ ਲੈਣ ਤੋਂ ਪਹਿਲਾਂ ਇੱਕ ਅਨਾਊਂਸਮੈਂਟ ਜਿਹੜੀ ਆ ਉਹ ਜ਼ਰੂਰ ਕਰ ਦੇਵਾਂ ਇੱਕ ਵਾਰ ਫਿਰ ਸਾਡੇ ਪੰਜਾਬੀਆਂ ਵਾਸਤੇ, ਫਰੈਜ਼ਨੋ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਾਸਤੇ ਖੁਸ਼ਖਬਰੀ ਹੈ। ਵੈਸੇ ਬਹੁਤ ਸਾਰੇ ਸਾਡੇ ਉੱਥੇ ਪੰਜਾਬੀ ਸਟੋਰ ਹੈਗੇ ਨੇ, ਗ੍ਰੋਸਰੀ ਸਟੋਰ ਹੈਗੇ ਨੇ, ਪਰ ਇੰਡੀਅਨ ਮਾਰਕੀਟ ਦੀ ਗੱਲ ਕਰੀਏ ਤਾਂ ਇੰਡੀਅਨ ਮਾਰਕੀਟ ਦੀ ਗ੍ਰੈਂਡ ਓਪਨਿੰਗ 12 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ ਸ਼ੁਰੂ ਹੋ ਜਾਣੀ ਹੈ। ਸਾਰਾ ਕੁਝ ਉਦੋਂ ਸਸਤਾ ਹੋਏਗਾ, ਹੋ ਸਕਦਾ ਫ੍ਰੀ ਵੀ ਹੋਵੇ। ਜੇ ਗੱਲ ਕਰੀਏ ਸਟੋਰ ਦੀ, ਸੋਹਣ ਸਿੰਘ ਹੁਣੀ ਜਿਹੜੇ ਉਹ ਸਟੋਰ ਚਲਾਉਂਦੇ ਨੇ ਨਾਲ ਦੀ ਨਾਲ, ਉਹਨਾਂ ਦੇ ਹਰ ਚੀਜ਼, ਹਰ ਤਰ੍ਹਾਂ ਦੀ ਗਰੋਸਰੀ, ਹਰ ਤਰ੍ਹਾਂ ਦੀ ਮਠਿਆਈ, ਹਰ ਤਰ੍ਹਾਂ ਦਾ ਖਾਣਾ ਉੱਥੋਂ ਮਿਲਦਾ, ਅਤੇ ਬਾਕੀ ਕੱਪੜਾ ਲੱਤਾ ਜਿਹੜਾ ਹੈਗਾ ਉਹ ਵੀ ਹਰ ਤਰ੍ਹਾਂ ਦਾ, ਸ਼ੇਰਵਾਨੀ, ਬਾਕੀ ਸੂਟ ਸਾਟ ਸਾਰਾ ਕੁਝ ਹੈਗਾ। ਅਤੇ ਸਭ ਤੋਂ ਖਾਸ ਚੀਜ਼ ਜਿਹੜੀ ਹੈਗੀ ਆ ਇੱਧਰ ਘੱਟ ਦੇਖਣ ਨੂੰ ਮਿਲਦੀ, ਉਹ ਹੈ ਪੰਜਾਬੀ ਜੁੱਤੀਆਂ। ਪੰਜਾਬੀ ਜੁੱਤੀਆਂ ਵੀ ਸਪੈਸ਼ਲ ਤੌਰ 'ਤੇ ਇਹਨਾਂ ਨੇ ਲਾਈਆਂ ਨੇ, ਅਤੇ ਉਹਨਾਂ ਦੀ ਸੇਲ ਜਿਹੜੀ 12 ਅਕਤੂਬਰ ਨੂੰ ਹੋਰ ਹੋਏਗੀ, ਅਤੇ 12 ਅਕਤੂਬਰ ਨੂੰ ਅਸੀਂ ਵੀ ਤੁਹਾਨੂੰ ਉੱਥੇ ਹੀ ਮਿਲਾਂਗੇ ਇੰਡੀਅਨ ਮਾਰਕੀਟ ਦੇ ਵਿੱਚ, ਫਰਿਜਨੋ ਦੇ ਵਿੱਚ ਬਿਕਰ ਬਾਦਸ਼ਾਹ ਪ੍ਰੋਗਰਾਮ ਉੱਥੋਂ ਲਾਈਵ ਅਸੀਂ ਕਰਾਂਗੇ। ਸੋ ਦਰਸ਼ਨ ਮੇਲੇ ਹੋਣਗੇ, ਫਨ ਹੋਏਗਾ, ਮਸਤੀ ਹੋਏਗੀ ਜਾ ਕੇ ਆਪਣੀ ਫਰਿਜਨੋ ਦੇ ਇੰਡੀਅਨ ਮਾਰਕੀਟ ਵਿੱਚ। ਤੁਸੀਂ ਵੀ ਉੱਥੇ ਜ਼ਰੂਰ ਪਹੁੰਚੋ ਜਿਹੜੇ ਬੰਦੇ ਪਹੁੰਚ ਸਕਦੇ ਹੋ, ਅਤੇ ਬਾਕੀ ਜਿਹੜੇ ਨਹੀਂ ਪਹੁੰਚ ਸਕਦੇ ਘਰ ਬੈਠ ਕੇ ਉਹ
लाइव देखियो उत्थे दा नज़ारा जी। डॉक्टर साहब अखीर दे विच मैं पहला तुहाडा बहुत बहुत धन्यवाद करदा, बड़ा वधिया प्रोग्राम अज रहा, बहुत पसंद किया होएगा साडे घरां विच बैठे दर्शकां ने, वैसे पसंद किया ही उन्होंने दस्सिया, तो बहुत तुहाडा धन्यवाद। तो होर बाकी तो मैं पेमेंट तो नहीं दे सकता पेमेंट मैं मिलती नहीं कभी भी अच्छा अच्छा मैं जग्गी जी तुहाडा और जस पंजाबी का बहुत बहुत धन्यवादी हाँ जी कि तुसीं मैनूं इत्थे बुला के तो मौका दिता, तो मैं सारे ही अपने सुनने वाले स्रोतियां का बहुत बहुत तहे दिल तों मशहूर हाँ कि मैनूं दुआवां दिओ कि इस तरीके नाल ही मैं साफ सुथरा गाँदा रहा जी। बिल्कुल जी, घरों में बैठे दर्शकों का एक बार फिर बहुत धन्यवाद करते हैं। ईमेल कर सकते हो मैंने jaggi@jasbroadcasting.com या फिर info@jasbroadcasting.com, इस तो अलावा फेसबुक ट्विटर नाल दी नाल मेरा सेल नंबर तुहाडे कोल हैगा, कैलीफोर्निया दे विच वेस्ट कोस्ट दे विच कोई भी ईवेंट गलबात खबर सार प्रोग्राम मेला सब मैनू उहदे वास्ते तुसीं कॉल कर सकते हो 209-450-3362 दे विच। अखीर दे विच तुहानू सारयां नू घरों में बैठे दर्शकों सत श्री अकाल, डॉक्टर साहब तुहाडा भी बहुत बहुत धन्यवाद, तुहानू बहुत बहुत सत श्री अकाल।